ਪਿਓ ਬਿਨਾ ਬਣਦੀ ਨਹੀਂ ਸੌਖੀ ਪਹਿਚਾਣ ਤੇ ਦਰਾਂ ਵਿੱਚ ਖੜੇ ਨੂੰ ਕੋਈ ਕਰੇ ਨਾ ਸਲਾਮ। ਪਿਓ ਬਿਨਾ ਬਣਦੀ ਨਹੀਂ ਸੌਖੀ ਪਹਿਚਾਣ ਤੇ ਦਰਾਂ ਵਿੱਚ ਖੜੇ ਨੂੰ ਕੋਈ ਕਰੇ ਨਾ ਸਲਾਮ। ਮਾਂ ਬਿਨਾ ਕੰਨਾਂ ਵਿੱਚ ਪੈਂਦੀਆਂ ਨਹੀਂ ਲੋਰੀਆਂ ਤੇ ਇਸ ਮਮਤਾ ਦੀਆਂ ਹੁੰਦੀਆਂ ਨਹੀਂ ਚੋਰੀਆਂ। ਭਾਈਆਂ ਬਾਝੋਂ ਡੌਲਿਆਂ 'ਚੋਂ ਮੁੱਕ ਜਾਂਦੀ ਜਾਨ, ਇਕੱਲਿਆਂ ਨੂੰ ਵੇਖ ਆਵੇ ਖਾਣ ਨੂੰ ਜਹਾਨ। ਭੈਣਾਂ ਬਿਨਾ ਜੀਣ ਦਾ ਸਲੀਕਾ ਨਹੀਂ ਆਉਂਦਾ ਅਤੇ ਨਾਲੇ ਬੰਦਾ ਦੂਜਿਆਂ ਦੀਆਂ ਇੱਜ਼ਤਾਂ ਨਹੀਂ ਤਕਾਉਂਦਾ। ਕਿਸੇ ਸਿਆਣੇ ਦੀਆਂ ਕਹੀਆਂ ਇਹਨਾਂ ਸਿਆਣੀਆਂ ਗੱਲਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ ਅਤੇ ਹੈਲੋ ਹੈ। ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਇਸ ਲਾਈਵ ਸ਼ੋਅ ਦੇ ਵਿੱਚ। ਸਾਡੇ ਬਹੁਤ ਸਾਰੇ ਦਰਸ਼ਕ ਹੈਰਾਨ ਹੁੰਦੇ ਹੋਣਗੇ, ਇਹ ਅਗਰ ਉਹਨਾਂ ਨੂੰ ਯਾਦ ਹੋਏਗਾ ਕਿ ਕੱਲ੍ਹ ਇਹ ਕਹਿ ਕੇ ਗਿਆ ਸੀ ਕਿ ਕੱਲ੍ਹ ਨੂੰ ਮੈਂ ਫਰੀਨੋ ਤੋਂ ਪ੍ਰੋਗਰਾਮ ਲਾਈਵ ਕਰਨਾ ਅਤੇ ਉੱਥੇ ਮੁਲਾਕਾਤ ਹੋਏਗੀ ਅਤੇ ਬੈਠਾ ਇੱਥੇ ਹੀ ਆ। ਕਰ ਮੈਂ ਸੈਕਰਾਮੈਂਟੋ 'ਚ ਰਿਹਾ, ਪ੍ਰੋਗਰਾਮ ਸੈੱਟ ਤੁਸੀਂ ਪਿੱਛੇ ਦੇਖ ਰਹੇ ਹੋ ਸੇਮ ਰੋਜ਼ ਵਾਲਾ। ਉਹਦਾ ਇੱਕ ਕਾਰਨ ਹੈ, ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਅਤੇ ਫਿਰ ਅਗਲੇ ਪ੍ਰੋਗਰਾਮ ਵੱਲ ਚੱਲੂੰਗਾ। ਕਾਰਨ ਇਹ ਆ, ਇੱਕ ਕਹਿੰਦੇ ਵੀ ਕੁਦਰਤ ਦੇ ਹੱਥ ਸਾਰਾ ਕੁਛ ਹੈਗਾ, ਪਰਮਾਤਮਾ ਤੁਹਾਨੂੰ ਇੰਟੀਮੇਸ਼ਨ ਦੇ ਦਿੰਦਾ ਕੋਈ ਚੰਗਾ ਕੰਮ ਹੋਣਾ ਮਾੜਾ ਕੰਮ ਹੋਣਾ, ਜਾਂ ਫਿਰ ਇਉਂ ਕਹਿ ਲਓ ਵੀ ਜੋ ਹੋਣਾ ਉਹਦੀ ਮਰਜ਼ੀ ਨਾਲ ਹੋਣਾ, ਅਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ। ਮੈਂ ਰਾਤ ਨੂੰ ਅਨਾਊਂਸ ਰੋਜ਼ ਕਰਦਾ ਵੀ ਮੁਲਾਕਾਤ ਹੋਏਗੀ ਕੱਲ੍ਹ, ਕੱਲ੍ਹ ਹੋਏਗੀ ਨਹੀਂ ਹੋਏਗੀ ਇਹ ਉਹਨੂੰ ਪਤਾ। ਸੋ ਅੱਜ ਵੀ ਜਿਵੇਂ ਰਾਤੀਂ ਅਨਾਊਂਸ ਕੀਤਾ ਹੋਇਆ ਕਿ ਫਰਿੱਜ ਨੂੰ ਜਾਣਾ, ਰਾਤੀਂ ਸਾਰਾ ਸਮਾਨ ਜਿਹੜਾ ਸਟੂਡੀਓ ਵਾਲਾ ਸਾਰਾ ਪੈਕ ਬੁੱਕ ਕੀਤਾ, ਪੈਕ ਕਰਕੇ ਗੱਡੀ 'ਚ ਰੱਖਿਆ ਥੱਲੇ, ਉੱਪਰ ਸਾਡਾ ਸਟੂਡੀਓ ਹੈ ਥੱਲੇ ਗੱਡੀ 'ਚ ਰੱਖ ਕੇ, ਅਤੇ ਖਾਣਾ ਖੁਣਾ ਖਾ ਕੇ ਸੌ ਗਏ ਅਤੇ ਸਵੇਰੇ ਅਰਲੀ ਉੱਠ ਕੇ 6 ਵਜੇ ਨਿਕਲਣ ਦਾ ਪ੍ਰੋਗਰਾਮ ਸੀ। ਅਤੇ 6 ਵਜੇ ਜਦੋਂ ਮਾੜਾ ਜਿਹਾ ਮੈਂ ਸਵੇਰੇ ਉੱਠਿਆ ਤਾਂ ਮੈਨੂੰ ਮਾੜੀ ਜਿਹੀ ਬੈਕ 'ਚ ਨਾ ਪੇਨ ਮਹਿਸੂਸ ਹੋਈ। ਮੈਂ ਕਿਹਾ ਚਲੋ ਕੋਈ ਨਹੀਂ, ਆਮ ਗੱਲ ਹੈ। ਅਤੇ ਉੱਠ ਕੇ ਚਾਹ 'ਚੋਂ ਵਾਈਫ ਨੇ ਬਣਾਈ, ਉਹਨੇ ਨਾਲ ਦੀ ਨਾਲ, ਮੇਰੀ ਆਦਤ ਹੈ ਵੀ ਇੱਕ ਅੱਧਾ ਪਰੌਂਠਾ ਚਾਹ ਨਾਲ ਖਾ ਲੈਣਾ ਅਤੇ ਨਾਲ 2-3 ਨਾਲ ਬੰਨ ਲੈਣੇ ਆ। ਲੜ ਜਿਵੇਂ ਪਿੰਡਾਂ ਦੇ ਵਿੱਚ ਸਕੂਲੇ ਜਾਂਦੇ ਹੁੰਦੇ ਸੀ ਜਾਂ ਕਿਤੇ ਜਾਂਦੇ ਹੁੰਦੇ ਅਤੇ ਨਾਲ ਪਰੌਂਠੇ ਰੱਖ ਲੈਣੇ ਵੀ ਕਿਤੇ ਵੀ ਖਾਧੇ ਜਾ ਸਕਦੇ, ਕਿਤੇ ਲੋੜ ਪੈ ਸਕਦੀ ਉਹ ਵੀ ਬੰਨ ਕੇ ਰੱਖ ਲੈ। ਚਾਹ 'ਚ ਪੀ ਕੇ ਤੁਰਨ ਲੱਗਾ ਅਤੇ ਸੱਜੇ ਪੈਰ ਦੀ ਜਰਾਬ ਪਾਈ ਮੈਂ ਅਤੇ ਖੱਬੇ ਦੀ ਹਜੇ ਪਾਉਣ ਲੱਗਾ ਸੀ, ਉਹ ਨਹੀਂ ਪਈ ਅਤੇ ਬੈਕ ਪੇਨ ਇੱਕਦਮ ਵੱਧ ਗਈ। ਕੋਈ ਭਾਰਾ ਕੰਮ ਨਹੀਂ ਕੀਤਾ, ਕੋਈ ਕੁਛ ਨਹੀਂ ਕੀਤਾ ਅਤੇ ਮੈਂ ਫਿਰ ਕੁਦਰਤ ਦਾ ਭਾਣਾ ਮੰਨ ਕੇ ਮੈਂ ਕਿਹਾ ਜੀ ਚਲੋ ਮਰਜ਼ੀ ਉਸ ਮਾਲਕ ਦੀ। ਮੈਂ ਇਸ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਕਰਕੇ, ਕੱਲ੍ਹ ਮੈਨੂੰ ਫੋਨ ਆਇਆ ਜਿਹਨਾਂ ਦੀ ਸ਼ੂਟਿੰਗ ਕਰਨੀ ਸੀ, ਜਗਦੀਪ ਸਿੰਘ ਹੋਣਾ ਦੀ, ਇੰਸ਼ੋਰੈਂਸ ਵਾਲਿਆਂ ਦੀ। ਕੱਲ੍ਹ ਫੋਨ ਆਇਆ ਭਾਅ ਜੀ ਸ਼ਨੀਵਾਰ ਕਰ ਸਕਦੇ ਹੋ? ਮੈਂ ਕਿਹਾ ਵੀ ਨਹੀਂ ਭਾਅ ਜੀ, ਆਪਾਂ ਉਹਨੂੰ ਸ਼ਡਿਊਲ ਕੀਤਾ, ਸਾਰਾ ਕੁਛ ਕਿਹਾ, ਕੈਮਰਾਮੈਨ ਕਿਹਾ ਹੋਇਆ ਸਭ ਕੁਛ ਵੀ ਆਪਾਂ ਕੱਲ੍ਹ ਨੂੰ ਕਰਦੇ ਹਾਂ। ਉਹ ਕਹਿੰਦੇ ਠੀਕ ਹੈ ਭਾਅ ਜੀ, ਕੱਲ੍ਹ ਨੂੰ ਕਰਦੇ। ਮੈਂ ਜਦੋਂ ਅੱਜ ਸਵੇਰੇ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਅ ਜੀ ਇੱਦਾਂ ਇੱਦਾਂ ਪ੍ਰੋਬਲਮ ਆ ਗਈ ਅਤੇ ਮੇਰੇ ਕੋਲ ਨਹੀਂ ਆਉਣਾ, ਵੀ ਸ਼ਨੀਵਾਰ ਹੀ ਸ਼ੂਟ ਕਰਾਂਗੇ, ਅਤੇ ਉਹ ਕਹਿੰਦੇ ਵੀ ਓਕੇ ਯਾਰ, ਥੈਂਕ ਯੂ। ਮੈਂ ਕਿਹਾ ਵੀ ਉਹ ਵੀ ਖੁਸ਼ ਹੋ ਗਏ ਨਾ ਜਾਣਨਾ। ਅੱਛਾ, ਉਦੋਂ ਬਾਅਦ ਮੈਂ ਜਿਹੜਾ ਸਾਡਾ ਕੈਮਰਾਮੈਨ ਉੱਥੋਂ ਹੁੰਦਾ ਨਾਲ ਲਈਦਾ, ਉਹਨੂੰ ਟੈਕਸਟ ਕੀਤਾ ਵੀ ਮੈਂ ਯਾਰ ਇੱਦਾਂ ਇੱਦਾਂ ਪ੍ਰੋਬਲਮ ਆ ਗਈ, ਮੇਰੇ ਕੋਲ ਆ ਨਹੀਂ ਹੋਣਾ, ਮੈਂ ਤੁਹਾਨੂੰ ਦੁਬਾਰਾ ਸ਼ਡਿਊਲ ਦੱਸ ਦਿਆਂ ਵੀ ਕਦੋਂ ਆਪਾਂ ਕਰਨਾ। ਉਹਦਾ ਜਦੋਂ ਫੋਨ ਆ ਗਿਆ ਕਹਿੰਦਾ ਭਾਅ ਜੀ ਥੈਂਕ ਯੂ, ਤੁਹਾਡਾ ਬਹੁਤ ਬਹੁਤ। ਮੈਂ ਕਿਹਾ ਥੈਂਕ ਯੂ ਕਹਦਾ ਬਈ, ਕੰਮ ਕੈਸਲ ਹੋਇਆ? ਉਹ ਕਹਿੰਦਾ ਨਹੀਂ ਨਹੀਂ ਮੈਨੂੰ ਤਾਂ ਰਾਤ ਦਾ ਨਾ ਬੁਖਾਰ, ਆਪਾਂ ਸਾਰਾ ਕੁਛ ਸੈਟਲ ਕਰ ਲਿਆ, ਰਾਤੀਂ ਜੇ ਮੈਂ ਪਿਆ ਵਾਂ ਸੁੱਤਾਂ ਤਾਂ ਮੈਨੂੰ ਬੁਖਾਰ 103-4 ਬੁਖਾਰ ਹੋ ਗਿਆ, 4 ਰਜਾਈਆਂ ਲੈ ਕੇ ਸੁੱਤਾਂ, ਹੁਣ ਤੜਕੇ ਜੇ ਬੁਖਾਰ ਉਤਰਿਆ ਤਾਂ ਹੁਣ ਮੈਂ ਸੌਣ ਲੱਗਾ। ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀ ਵੀ ਜੇ ਅੱਜ ਦੀ ਸ਼ੂਟਿੰਗ ਪੋਸਟਮੋਰਟ ਕਰ ਸਕੋ ਤਾਂ ਕਰ ਲਓ। ਆਏ ਹਾਏ ਹਾਏ ਹਾਏ, ਮੈਂ ਫਿਰ ਉਸ ਕੁਦਰਤ ਦੇ ਨਜ਼ਾਰੇ, ਉਸ ਕੁਦਰਤ ਦੇ ਰੰਗ ਜਿਹੜੇ ਨੇ, ਉਹਨਾਂ ਨੂੰ ਸਲਿਊਟ ਕੀਤਾ, ਲੱਖ ਲੱਖ ਸ਼ੁਕਰ ਕੀਤਾ ਪਰਮਾਤਮਾ ਦਾ ਵੀ ਤੂੰ, ਸਿਆਣੇ ਵੀ ਵੈਸੇ ਕਹਿੰਦੇ ਜੋ ਰੱਬ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ। ਸੋ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਪਰਮਾਤਮਾ, ਕਈ ਵਾਰ ਲੱਗਦਾ ਹੁੰਦਾ ਕਿ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਪਰ ਪਰਮਾਤਮਾ ਜੋ ਕਰਦਾ ਉਹ ਕੁਛ ਸੋਚ ਕੇ ਕਰਦਾ। ਔਰ ਸਾਡੀ ਜੇ ਮਰਜ਼ੀ ਨਾਲ ਹੋ ਰਿਹਾ ਕੁਛ ਤਾਂ ਇਹਦਾ ਮਤਲਬ ਵਧੀਆ ਹੋ ਰਿਹਾ, ਜੇ ਸਾਡੀ ਮਰਜ਼ੀ ਨਾਲ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਇਹ ਉਹਦੀ ਮਰਜ਼ੀ ਨਾਲ ਹੋ ਰਿਹਾ, ਅਤੇ ਸਾਡੀ ਮਰਜ਼ੀ ਉਹਨਾਂ ਦੀ ਮਰਜ਼ੀ ਤੋਂ, ਪਰਮਾਤਮਾ ਦੀ ਮਰਜ਼ੀ ਤੋਂ ਵੱਡੀ ਨਹੀਂ ਹੋ ਸਕਦੀ। ਸੋ ਇਹ ਚੀਜ਼ ਹੈਗੀ ਹੈ, ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਸਾਨੂੰ ਲੱਗਦੀਆਂ, ਸਾਰੀ ਜ਼ਿੰਦਗੀ ਲੱਗਦੀ ਰਹਿੰਦੀ ਵੀ ਇਹ ਇਹਦੇ 'ਚ ਕਿਹੜੀ ਚੰਗੀ ਗੱਲ ਹੈ। ਜਦੋਂ ਕੋਈ ਸਾਡੇ ਨਾਲ ਟ੍ਰੈਜਡੀ ਹੋ ਜਾਂਦੀ, ਕਿਸੇ ਦਾ ਜਵਾਨ ਬੱਚਾ ਕੋਈ 19-21 ਹੋ ਜਾਂਦੀ ਹੈ, ਜਾਂ ਪਰਮਾਤਮਾ ਆਪਣੇ ਕੋਲ ਬੁਲਾਉਂਦਾ, ਤਾਂ ਉਹ ਚੀਜ਼ ਸਾਰੀ ਦਿਲ ਦੇ ਵਿੱਚ ਰੱਖੀ ਰਹਿੰਦੀ ਸਾਰੀ ਉਮਰ ਕਿ ਇਹਦੇ ਵਿੱਚ ਕਿਹੜੀ ਚੰਗੀ ਗੱਲ। ਅਸੀਂ ਕਹਿ ਦਿੰਦੇ ਪਰਮਾਤਮਾ ਜੋ ਕਰਦਾ ਚੰਗਾ ਕਰਦਾ, ਪਰ ਉਹਦੇ 'ਚ ਵੀ ਉਹ ਸਾਨੂੰ ਨਹੀਂ ਪਤਾ ਕਿ ਉਹਦੇ 'ਚ ਕੀ ਚੰਗਾ ਕੀ ਨਹੀਂ ਚੰਗਾ, ਉਹਦੇ 'ਚ ਵੀ ਕੁਛ ਨਾ ਕੁਛ ਚੰਗਾ ਹੀ ਹੋਏਗਾ। ਚਲੋ, ਜੋ ਰੱਬ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ। ਵੈਸੇ ਮੈਂ ਵਿਸ਼ਾ ਵੀ ਅੱਜ ਇਹੀ ਸੋਚਿਆ ਸੀਗਾ ਕਿ ਇਹਦੇ ਆਲੇ ਦੁਆਲੇ ਕਰਾਂਗੇ ਗੱਲਬਾਤ। ਦਵਿੰਦਰ ਹੋਠੀ ਨੂੰ ਵੀ ਦੱਸਦਾ ਵੀ ਆਪਾਂ ਇੱਦਾਂ ਗੱਲਬਾਤ ਕਰਨੀ ਵੀ ਚਲੋ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁਛ ਹੁੰਦਾ ਨਹੀਂ, ਜਾਂ ਇਉਂ ਕਹਿ ਲਓ ਪਰਮਾਤਮਾ ਇੱਕ ਤਾਰ ਖੜਕਾਉਂਦਾ ਜਦੋਂ ਕੋਈ ਸਾਡਾ ਚੰਗਾ ਹੋਣਾ ਹੁੰਦਾ ਜਾਂ ਮਾੜਾ ਹੁੰਦਾ, ਮੱਥਾ ਠਣਕਦਾ ਕਹਿੰਦੇ,
ਪਿੰਡਾਂ ਦੇ ਵਿੱਚ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ, ਮੱਥਾ ਠਣਕਦਾ, ਮੇਰੇ ਤੋਂ ਪਹਿਲਾਂ ਹੀ ਮੱਥਾ ਠਣਕਦਾ ਸੀ ਵੀ ਇੱਦਾਂ ਦੀ ਕੋਈ ਖਬਰ ਆਉਣੀ ਆ, ਚੰਗੀ ਖਬਰ ਆਉਣੀ ਆ। ਤਾਂ ਵੇਵਸ ਉਸ ਤਰ੍ਹਾਂ ਦੀਆਂ ਹੋ ਜਾਂਦੀਆਂ, ਅਗਰ ਕੋਈ ਨੈਗੇਟਿਵ ਹੋਣਾ ਤਾਂ ਵੇਵਸ ਉਸ ਤਰ੍ਹਾਂ ਦੀਆਂ ਆਮ ਤੌਰ 'ਤੇ ਹੋ ਜਾਂਦੀਆਂ। ਮੋਸਟਲੀ ਸਾਨੂੰ ਥੋੜ੍ਹਾ ਬਹੁਤ ਇੰਟੀਮੇਸ਼ਨ ਹੋ ਜਾਂਦੀ ਹੈ ਵੀ ਇਸ ਤਰ੍ਹਾਂ ਦਾ ਕੁਝ ਵਾਪਰਨ ਵਾਲਾ ਹੈਗਾ। ਅਤੇ ਵਿਸ਼ਾ ਮੈਂ ਇਹੀ ਸੋਚਿਆ ਸੀਗਾ ਵੀ ਇਹੀ ਰੱਖਦੇ ਹਾਂ। ਦਵਿੰਦਰ ਨੂੰ ਵੀ ਹੋਠੀ ਨੂੰ ਕਿਹਾ ਵੀ ਇਹ ਕਹਿੰਦਾ ਵੀ ਹਾਂ ਇਹੀ ਰੱਖੋ ਭਾਅ ਜੀ, ਠੀਕ ਹੈ ਆਪਾਂ ਪਹਿਲਾਂ ਰੱਖਿਆ ਹੋਏਗਾ ਪਹਿਲਾਂ ਨਿਊਯਾਰਕ ਦੇ ਵਿੱਚ, ਕੋਈ ਗੱਲ ਨਹੀਂ, ਇਹ ਤਾਂ ਜਦੋਂ ਮਰਜ਼ੀ ਗੱਲ ਕਰ ਲਓ ਪਰਮਾਤਮਾ ਦੀ। ਔਰ ਕਈ ਵਾਰੀ ਇੱਦਾਂ ਹੁੰਦਾ ਕਿ ਸਾਨੂੰ ਪਹਿਲਾਂ ਪਤਾ ਲੱਗਦਾ ਕਿ ਨਹੀਂ ਲੱਗਦਾ, ਚਲੋ ਮੈਂ ਉਸ ਤੋਂ ਬਾਅਦ, ਪਰ ਮੈਂ ਹੁਣ ਮੈਂ ਵਿਸ਼ਾ ਖੜ੍ਹੇ ਪੈਰ ਮੈਂ ਚੇਂਜ ਕੀਤਾ, ਖੜ੍ਹੇ ਪੈਰ ਕੀ ਹੁਣੇ ਮੈਂ। ਇਸ ਤੋਂ ਪਹਿਲਾਂ ਸਾਡੇ ਚੈਨਲ 'ਤੇ ਮੁੱਦਾ ਦੇਖ ਰਿਹਾ ਸੀ, ਅੱਜ ਦਾ ਮੁੱਦਾ ਤੁਸੀਂ ਵੀ ਦੇਖਿਆ ਹੋਣਾ, ਅੱਜ ਦਾ ਮੁੱਦਾ ਪ੍ਰੋਗਰਾਮ। ਔਰ ਚੈਨਲ ਦੀ ਸਾਡੇ ਇਹ ਖਾਸੀਅਤ ਆ ਕਿ ਇੱਕ ਪੱਖ ਦੀ ਜਿਹੜੀ ਗੱਲ ਨਹੀਂ ਕੀਤੀ ਜਾਂਦੀ, ਇਹਦੇ 'ਚ ਦੋਹਾਂ ਪਾਰਟ ਕੋਈ ਵੀ ਹੋਵੇ, ਜਾਂ ਪੋਲੀਟੀਕਲ ਪਾਰਟੀਆਂ ਹੋਣ, ਚਾਹੇ ਗੁਰਦੁਆਰਿਆਂ ਦੀ ਗੱਲ ਹੋਵੇ ਚਾਹੇ ਕੋਈ ਹੋਰ ਹੋਵੇ, ਕੋਸ਼ਿਸ਼ ਇਹ ਹੁੰਦੀ ਹੈ ਕਿ ਦੋਨਾਂ ਧਿਰਾਂ ਨੂੰ ਬਿਠਾ ਕੇ ਅਤੇ ਆਹਮਣ ਸਾਹਮਣੇ ਗੱਲ ਕੀਤੀ ਜਾਵੇ, ਤਾਂ ਕਿ ਕੋਈ ਦੂਜੀ ਧਿਰ ਇਹ ਨਾ ਕਹੇ ਵੀ ਆਹ ਹੋ ਗਿਆ ਉਹ ਹੋ ਗਿਆ। ਸੋ ਅੱਜ ਵੀ ਮੈਂ ਦੇਖ ਰਿਹਾ ਸੀ ਮੁੱਦਾ ਇੱਥੇ ਬੈਠਾ, ਅਤੇ ਮੈਂ ਕਿਹਾ ਵੀ ਇਹ ਕਿਉਂ ਇਹ ਹੁਣ ਤੁਹਾਡੀ ਤਾਂ ਸਲਾਹ ਕਿਸੇ ਲਈ ਨਹੀਂ, ਉਹ ਉਸ ਪਾਰਟੀ ਦੇ ਚਾਰ ਬੰਦੇ ਬੋਲ ਲਏ, ਦੂਜੀ ਦੇ ਚਾਰ ਬੋਲ ਲਏ, ਉਹਨੇ ਆਪੋ ਆਪਣੇ ਵਿਚਾਰ ਦਿੱਤੇ ਕਹਿ ਲਓ, ਚਾਹੇ ਪੜਾਸ ਕੱਢੀ ਕਹਿ ਲਓ, ਅਤੇ ਮੈਨੂੰ ਦੁੱਖ ਹੋਇਆ ਬਹੁਤ। ਮੈਂ ਸੱਚੀ ਦੱਸਾਂ ਮੈਨੂੰ ਕਿਸੇ ਪਾਰਟੀ ਦੇ ਨਾਲ ਕੋਈ ਮਤਲਬ ਨਹੀਂ, ਗੁਰਦੁਆਰਾ ਦਾ ਪ੍ਰਧਾਨ ਕੌਣ ਆ, ਮੈਨੂੰ ਤਾਂ ਇਹ ਲੱਗਦਾ ਕਿ ਪ੍ਰਧਾਨਗੀ ਦਾ ਲਫ਼ਜ਼ ਹੀ ਜਿਹੜਾ ਉਹ ਖਤਮ ਹੋਣਾ ਚਾਹੀਦਾ ਗੁਰੂ ਘਰਾਂ 'ਚੋਂ, ਪ੍ਰਧਾਨ ਨਾਂ ਦਾ ਸ਼ਬਦ ਜਿਹੜਾ ਨਾ ਉਹ ਖਤਮ ਹੋਣਾ ਚਾਹੀਦਾ। ਜਿਵੇਂ ਅਸੀਂ ਹੈੱਡ ਗ੍ਰੰਥੀ ਸਾਹਿਬ ਨੂੰ ਮੁੱਖ ਸੇਵਾਦਾਰ ਕਰਦੇ, ਤਾਂ ਇੱਦਾਂ ਹੀ ਕੋਈ ਨਾ ਕੋਈ ਹਿਸਾਬ ਹੋਣਾ ਚਾਹੀਦਾ। ਪਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਵੀ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੀ ਹਾਲਾਤ ਰਹੇ ਗੁਰੂ ਘਰਾਂ ਦੇ ਵਿੱਚ, ਜੋ ਕਿ ਮੇਰੇ ਹਿਸਾਬ ਦੇ ਨਾਲ 70% ਗੁਰੂ ਘਰਾਂ ਦੇ ਵਿੱਚ ਹੈਗੇ ਨੇ, ਜੇ ਇਹੀ ਹਾਲਾਤ ਰਹੇ ਕਿਤੇ ਆਉਣ ਵਾਲੇ ਸਮੇਂ 'ਚ ਇਹ ਸਮਾਂ ਨਾ ਆ ਜਾਵੇ ਗੁਰੂ ਘਰਾਂ ਦੇ ਇਹ ਹਾਲਾਤ ਦੇਖ ਕੇ, ਵੀ ਜਿਵੇਂ ਹੁਣ ਅਸੀਂ ਕਹਿੰਦੇ ਹਾਂ ਆਪਣੇ ਨਿਆਣਿਆਂ ਨੂੰ ਨਾ ਪੁੱਤ ਪੰਜਾਬ ਨਹੀਂ ਜਾਣਾ, ਹਾਲਾਤ ਬੜੇ ਖਰਾਬ ਨੇ ਉੱਥੇ, ਅਸੀਂ ਆਪਸ ਵਿੱਚ ਗੱਲਾਂ ਕਰਦੇ ਨਾ ਵੀ ਨਾ ਮੈਂ ਤਾਂ ਨਹੀਂ ਹੁਣ ਪੰਜਾਬ ਜਾਣਾ, 5 ਸਾਲ ਪਹਿਲਾਂ ਗਿਆ ਸੀ ਮੈਂ ਉੱਥੇ ਦੇ ਹਾਲਾਤ ਦੇਖੇ, ਨਹੀਂ ਹੁਣ ਆਪਾਂ ਪੰਜਾਬ ਨਹੀਂ ਜਾਣਾ ਉੱਥੇ ਹਾਲਾਤ ਨਹੀਂ ਠੀਕ। ਜਾਂ ਬੱਚੇ ਕਹਿੰਦੇ ਨੇ ਨਾ 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 ਪਾਪਾ ਅਸੀਂ ਨਹੀਂ ਪੰਜਾਬ ਜਾਣਾ ਉੱਥੇ ਹਾਲਾਤ ਨਹੀਂ ਠੀਕ। ਕਿਤੇ ਆਉਣ ਵਾਲਾ ਸਮਾਂ ਇਹ ਨਾ ਆ ਜੇ ਕਿ ਨਿਆਣੇ ਇਹ ਸ਼ੁਰੂ ਕਹਿਣਾ ਸ਼ੁਰੂ ਕਰਦੇ ਨੇ ਵੀ ਨਹੀਂ ਜੀ ਅਸੀਂ ਤਾਂ ਗੁਰੂ ਘਰ ਨਹੀਂ ਜਾਣਾ ਉੱਥੇ ਹਾਲਾਤ ਨਹੀਂ ਠੀਕ। ਔਰ ਜਿਹੜੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਹੈਗੇ ਆ, ਇਹ ਚੀਜ਼ ਇਹ ਮੇਰੇ ਸਮਝ 'ਚ ਨਹੀਂ ਆਈ। ਵੈਸੇ ਪ੍ਰਧਾਨਗੀ ਦੀ ਗੱਲ ਕਰੀਏ ਤਾਂ ਗੁਰੂ ਘਰ ਦੀ ਪ੍ਰਧਾਨਗੀ ਤਾਂ ਚਲੋ ਪਾਰਟੀ ਦੀ ਪ੍ਰਧਾਨਗੀ 'ਚ ਬੜੀ ਵੱਡੀ ਗੱਲ ਹੈ, ਸਾਡੇ ਤਾਂ ਉੱਥੇ ਪੰਜਾਬ ਦੇ ਵਿੱਚ ਜਾਂ ਕਿ ਜਾਂ ਕਿਤੇ ਵੀ ਪੰਜਾਬੀ ਤਾਂ ਸੇਵਿਆਂ ਦੀ ਪ੍ਰਧਾਨਗੀ ਪਿੱਛੇ ਲੜ ਪੈਂਦੇ ਆ, ਉਹ ਕਹਿੰਦੇ ਮੈਂ ਸੇਵਿਆਂ ਦਾ ਪ੍ਰਧਾਨ ਹਾਂ, ਕਹਿੰਦੇ ਮੈਂ ਪ੍ਰਧਾਨ ਹਾਂ, ਰਾਮਲੀਲਾ ਦੀ ਪ੍ਰਧਾਨਗੀ ਪਿੱਛੇ ਲੜ ਪੈਂਦੇ ਨੇ। ਸੋ ਪ੍ਰਧਾਨਗੀ ਲਫ਼ਜ਼ ਜਿਹੜਾ ਪੰਜਾਬ ਦੇ ਵਿੱਚ, ਵੈਸੇ ਵੀ ਅਸੀਂ ਅਗਰ ਦੇਖੀਏ ਨਾ ਕਿਤੇ ਸੜਕ 'ਤੇ ਖੜ੍ਹ ਕੇ ਕਿਸੇ ਕਸਬੇ ਦੇ ਵਿੱਚ ਸੜਕ 'ਤੇ ਖੜ੍ਹ ਕੇ ਵੈਸੇ ਹੀ ਕਦੇ ਆਵਾਜ਼ ਮਾਰ ਕੇ ਦੇਖਿਓ ਪ੍ਰਧਾਨ ਜੀ, ਘੱਟੋ ਘੱਟ 20 ਗੱਡੀਆਂ ਦੀਆਂ ਬਰੇਕਾਂ ਉਦੋਂ ਹੀ ਲੱਗ ਜਾਣੀਆਂ, ਮੈਨੂੰ ਆਵਾਜ਼ ਮਾਰੀ ਹੋਣੀ ਹੈ, ਸਾਰੇ ਪ੍ਰਧਾਨ ਨੇ ਉੱਥੇ। ਔਰ ਪ੍ਰਧਾਨਗੀ ਦੇ ਵਿੱਚ ਹੈ ਕੀ ਐਸਾ, ਇਹ ਨਹੀਂ ਸਮਝ ਆਈ। ਖਾਸ ਤੌਰ 'ਤੇ ਗੁਰੂ ਘਰਾਂ ਦੀ ਪ੍ਰਧਾਨਗੀ ਦੀ ਅਗਰ ਗੱਲ ਕਰੀਏ, ਮੈਂ ਅੱਜ ਤੁਹਾਡੇ ਕੋਲੋਂ, ਮੇਰਾ ਵਿਸ਼ਾ ਇਹ ਨਹੀਂ ਹੈਗਾ ਨਾ ਮੇਰਾ ਇਹ ਫੀਲਡ ਹੈ, ਪਰ ਮੈਂ ਤੁਹਾਡੇ ਵਰਗਾ ਜਿਵੇਂ ਤੁਸੀਂ ਘਰਾਂ 'ਚ ਬੈਠੇ ਹੋ, ਅਸੀਂ ਸਾਰੇ ਬੈਠੇ ਹੋ, ਨਾ ਮੈਂ ਇਉਂ ਕਹਿ ਲਓ ਪੱਤਰਕਾਰ ਹਾਂ, ਮੈਂ ਇੰਟਰਟੇਨਰ, ਅਸੀਂ ਸ਼ੁਰੂ ਤੋਂ ਹੈਗੇ ਹਾਂ, ਪੱਤਰਕਾਰਾਂ ਦਾ ਮਕਸਦ ਹੋਰ ਹੁੰਦਾ, ਗੱਲ ਕਰਨ ਦਾ ਤਰੀਕਾ ਹੋਰ ਹੁੰਦਾ, ਪਰ ਮੈਂ ਅਸੀਂ ਇਉਂ ਬੈਠ ਕੇ ਗੱਲਬਾਤ ਕਰਨੀ ਵੀ ਜੇ ਸੱਥ 'ਚ ਬੈਠੇ ਹਾਂ ਜਾਂ ਅਸੀਂ ਡਰਾਇੰਗ ਰੂਮ 'ਚ ਬੈਠੇ, ਕੀ ਇਹ ਸਹੀ ਹੈ ਅਤੇ ਕੀ ਨਹੀਂ ਸਹੀ ਹੈ, ਇਹਦੇ 'ਚ ਕੀ ਹੋ ਰਿਹਾ ਅਤੇ ਕੀ ਹੋਣਾ ਚਾਹੀਦਾ। ਇਹੋ ਜਿਹਾ ਮੇਰੇ ਖਿਆਲ 70% ਗੁਰੂ ਘਰਾਂ ਦੇ ਕੇਸ ਜਿਹੜੇ ਨੇ ਕੋਰਟ ਦੇ ਵਿੱਚ ਚੱਲਦੇ ਹੁਣ ਨੇ, ਜਿਹੜੇ ਜਿਹੜੀ ਸੰਗਤ ਬੜੀ ਸ਼ਰਧਾ ਦੇ ਨਾਲ ਪੈ ਚੜ੍ਹਾਉਂਦੀ ਹੈ ਡੋਲਰ, ਇੱਕ ਬਹੁਤ ਸਾਰੇ ਤਾਂ ਚਲੋ ਮਜ਼ਾਕ ਦੇ ਵਿੱਚ ਡੋਲਰ ਬੁਫੇ ਵੀ ਕਹਿ ਦਿੰਦੇ ਨੇ, ਡੋਲਰ ਮੱਥਾ ਟੇਕ ਕੇ ਤਾਂ ਆਰਾਮ ਨਾਲ ਰੱਜ ਪੁੱਜ ਕੇ ਘਰ ਆਉਂਦੇ ਆ, ਮੱਥਾ ਵੀ ਨਹੀਂ ਟੇਕਦੇ ਕਈ ਤਾਂ ਸੁੱਖ ਨਾਲ, ਅਤੇ ਚਲੋ ਉਹ ਵੀ ਗੱਲ ਅਲੱਗ ਹੈ, ਪਰ ਜਿਹੜੇ ਟੇਕਦੇ ਨੇ ਡੋਲਰ ਮੱਥਾ ਟੇਕਿਆ, ਉਹ ਉਹਨਾਂ ਨੂੰ ਇਸ ਗੱਲ ਦੀ ਭਿਣਕ ਨਹੀਂ ਕਿ ਉਹ ਲੱਗਦਾ ਕਿੱਥੇ ਹੈ, ਉਹਨਾਂ ਦੇ ਵਿੱਚੋਂ ਬਾਹਲਾ ਤਾਂ ਕੋਰਟਾਂ ਦੇ ਵਿੱਚ। ਆਹ ਵੀ ਜਿਹੜਾ ਮੈਂ ਦੇਖ ਰਿਹਾ ਸੀਗਾ ਨਿਊਯਾਰਕ ਵਾਲਾ ਕੇਸ ਵੀ, ਇਹ ਵੀ ਕਹਿੰਦੇ ਜੀ ਅਸੀਂ ਕੋਰਟ ਦੇ ਵਿੱਚੋਂ ਉਹ ਪਰਮਿਸ਼ਨ ਲੈ ਕੇ ਆਏ ਹਾਂ ਇਲੈਕਸ਼ਨਾਂ ਦੀ, ਇਹ ਸਾਰਾ ਕੁਛ ਹੈ ਕੀ ਆ, ਇਹ ਗੁਰੂ ਘਰਾਂ ਦੇ ਵਿੱਚ
ਕਿਉਂ ਇਹ ਚੀਜ਼ਾਂ ਹੈਗੀਆਂ ਨੇ ਅਤੇ ਇਹਨਾਂ ਦਾ ਹੱਲ ਜਿਹੜਾ ਤੁਹਾਡੇ ਹਿਸਾਬ ਨਾਲ ਕੀ ਹੋ ਸਕਦਾ ਉਹ ਆਪਾਂ ਗੱਲ ਕਰਨੀ। ਮੈਂ ਬਹੁਤ ਦੇਰ ਪਹਿਲਾਂ ਵੀ ਗੱਲ ਕੀਤੀ ਸੀਗੀ, ਅਸੀਂ ਅਗਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਗੁਰੂ ਘਰਾਂ ਦੀ ਗੱਲ ਕਰੀਏ, ਤਾਂ ਉੱਥੇ ਇਹ ਚੀਜ਼ ਕਈ ਜਗ੍ਹਾ ਕਹਿੰਦੇ ਕਿ ਹੁੰਦੀ ਹੈ ਕਿ ਉਹ ਪੈਸੇ ਦੀ ਮਿਸਯੂਜ਼ ਹੁੰਦੀ ਹੈ, ਪੈਸੇ ਦਾ ਵਰਤੋਂ ਕਰ ਲੈਂਦੇ ਨੇ, ਪੈਸੇ ਦੇ ਬਿੱਲਾਂ ਦੇ ਵਿੱਚ ਹੇਰਾਫੇਰੀ ਕਰ ਲੈਂਦੇ ਨੇ। ਈਵਨ ਸਾਡੇ ਪਿੱਛੇ ਜੇ ਜਦੋਂ ਮੱਕੜ ਸਾਹਿਬ ਸੀਗੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਤੇ ਉਦੋਂ ਉਹਨਾਂ ਦੇ ਕਾਰ ਦੇ ਪੈਟਰੋਲ ਦਾ ਬਿੱਲ ਇੰਨਾ ਆਇਆ ਸੀ, ਮਹੀਨੇ ਦਾ ਇੰਨਾ ਬਿੱਲ ਮਹੀਨੇ ਦਾ ਆਉਂਦਾ ਸੀ, ਪਤਾ ਨਹੀਂ ਕਿੰਨੇ ਕਰੋੜ, ਕਿ ਜੇ ਅਸੀਂ 24 ਘੰਟੇ ਗੱਡੀ ਰੋਡ 'ਤੇ ਰੱਖੀਏ ਔਰ ਘੱਟ ਤੋਂ ਘੱਟ ਉਹਦੀ ਐਵਰੇਜ ਮੰਨੀਏ, 24 ਘੰਟੇ ਗੱਡੀ ਚੱਲੇ, ਪੂਰਾ ਮਹੀਨਾ ਚੱਲੇ, 1 ਸਕਿੰਟ ਵੀ ਨਾ ਖੜ੍ਹੇ, ਅਤੇ ਗੱਡੀ ਦੀ ਐਵਰੇਜ ਜੇ ਉੱਥੇ ਅਸੀਂ ਮੰਨੀਏ ਵੀ 25 ਕਿਲੋਮੀਟਰ ਪਰ ਘੰਟੇ ਇਹਦੀ ਹੈ, ਪਰ ਲੀਟਰ ਦੀ ਹੈਗੀ ਆ, ਅਤੇ ਉਹਨੂੰ ਅਸੀਂ 15 ਮੰਨ ਕੇ ਵੀ ਚੱਲੀਏ, 10 ਵੀ ਮੰਨ ਕੇ ਚੱਲੀਏ, ਤਾਂ ਵੀ ਉਨਾ ਬਿੱਲ ਪੈਟਰੋਲ ਦਾ ਨਹੀਂ ਬਣਦਾ। ਇਹ ਅਸੀਂ ਪੰਜਾਬ ਦੀ ਧਾਰਨਾ ਹੈਗੀ ਆ, ਕਿ ਖਬਰਾਂ ਜਿਹੜਾ ਪੜ੍ਹਦੇ ਸੀ ਕਿ ਉੱਥੇ ਇਸ ਤਰ੍ਹਾਂ ਦਾ ਹੋ ਜਾਂਦਾ। ਪਰ ਇੱਧਰਲੇ ਮੁਲਕਾਂ ਦੀ ਅਗਰ ਗੱਲ ਕਰੀਏ, ਇੱਧਰਲੇ ਮੁਲਕਾਂ 'ਤੇ ਪੈਸੇ ਦੀ ਪ੍ਰੋਬਲਮ ਹੀ ਕੋਈ ਨਹੀਂ। ਇੱਧਰਲੇ ਮੁਲਕਾਂ ਦੇ ਵਿੱਚ ਐਸੀ ਪ੍ਰੋਬਲਮ ਕਿਸੇ ਨੂੰ ਸ਼ਾਇਦ ਹੀ ਹੋਵੇ ਕਿ ਵੀ ਪੈਸਾ ਉਹ 'ਚੋਂ ਵਰਤ ਲਾਂਗੇ ਜਾਂ ਕੋਈ ਨਜਾਇਜ਼ ਵਰਤੋਂ ਹੋ ਜੂਗੀ ਜਾਂ ਇੱਦਾਂ ਹੋ ਜੂਗੀ। ਇੱਧਰਲੇ ਮੁਲਕਾਂ 'ਚ ਤਾਂ ਹੈ ਹੀ ਨਹੀਂ, ਪੈਸੇ ਦੀ ਪ੍ਰੋਬਲਮ ਤਾਂ ਕਿਸੇ ਨੂੰ ਹੈ ਹੀ ਨਹੀਂ। ਪੈਸਾ ਖਰਚ ਕੇ ਜਿਵੇਂ ਬਹੁਤ ਸਾਰੇ ਪੰਜਾਬ ਦੇ ਵਿੱਚ ਲੀਡਰ ਆਉਂਦੇ ਨੇ, ਪੈਸੇ ਪੈਸੇ ਦੇ ਜ਼ੋਰ ਨਾਲ ਆਉਂਦੇ ਨੇ, ਉਹਨਾਂ ਦਾ ਪੋਲੀਟੀਕਲ ਕੈਰੀਅਰ ਕੋਈ ਨਹੀਂ ਹੁੰਦਾ। ਸੋ ਇੱਧਰਲੇ ਮੁਲਕਾਂ ਦੇ ਵਿੱਚ ਵੀ ਪੈਸਾ ਲੋਕਾਂ ਕੋਲ ਬਹੁਤ ਹੈ, ਅਤੇ ਮੈਂ ਸਿਰਫ ਇੱਕ ਸਹਿਜ ਸੁਭਾਅ ਗੱਲ ਇਸ ਕਰਕੇ ਕਰਨੀ ਚਾਹੁੰਦਾ, ਇਸ ਕਰਕੇ ਮੈਂ ਵਿਸ਼ਾ ਬਦਲਿਆ, ਕਿ ਅਸੀਂ ਡਿਸਕਸ ਕਰ ਸਕੀਏ ਵੀ ਇਹ ਚੀਜ਼ਾਂ ਕਿੰਨੀਆਂ ਕੁ ਸਹੀ ਨੇ, ਕਿੰਨੀਆਂ ਕੁ ਗਲਤ ਨੇ, ਕੀ ਇਹ ਹੋਣੀਆਂ ਚਾਹੀਦੀਆਂ, ਕੀ ਨਹੀਂ ਹੋਣੀਆਂ ਚਾਹੀਦੀਆਂ। ਅੱਜ ਵੈਸੇ ਵੀ ਮੇਰਾ ਪ੍ਰੋਗਰਾਮ ਉੱਥੋਂ ਅਗਰ ਹੁੰਦਾ ਫਰੈਜਨੋ ਤੋਂ ਹੁੰਦਾ, ਤਾਂ ਉੱਥੋਂ ਫਿਰ ਕਾਲਾਂ ਦਾ ਸਿਲਸਿਲਾ ਜਿਹੜਾ ਸ਼ਾਇਦ ਨਾ ਲੈ ਹੁੰਦਾ, ਕਿਉਂਕਿ ਕੋਈ ਨਾ ਕੋਈ ਗੈਸਟ ਹੁੰਦਾ। ਵੈਸੇ ਕੋਸ਼ਿਸ਼ ਕਰੀਦੀ ਹੈ ਗੈਸਟ ਦੇ ਨਾਲ ਵੀ ਕਾਲਾਂ ਲਈਏ, ਅਤੇ ਕੁਦਰਤੀ ਪ੍ਰੋਗਰਾਮ ਅੱਜ ਇੱਥੋਂ ਹੋ ਰਿਹਾ, ਸੈਕਰਾਮੈਂਟੋ ਦੇ ਵਿੱਚੋਂ ਹੀ ਤੁਹਾਡੇ ਰੂਬਰੂ ਕਰ ਰਹੇ ਹਾਂ, ਅਤੇ ਕੁਦਰਤੀ ਇਹਦੂ ਪਹਿਲਾਂ ਇੱਕ ਜਿਹੜਾ ਪ੍ਰੋਗਰਾਮ ਅਸੀਂ ਅੱਜ ਦੇ ਮੁੱਦਾ ਦੇ ਵਿੱਚ ਦੇਖਿਆ, ਮਾਹੌਲ ਦੇਖਿਆ, ਉਹਦੇ 'ਚ ਮੈਂ ਸਮਝਦਾ ਵੈਸੇ ਤਾਂ ਹੋ ਸਕਦਾ ਰਿਆੜ ਸਾਹਿਬ ਕੱਲ੍ਹ ਨੂੰ ਤੁਹਾਡੀਆਂ ਇਹਦੇ 'ਤੇ ਕਾਲਾਂ ਲੈਂਦੇ, ਸਾਰਿਆਂ ਦੀਆਂ ਪੁੱਛਦੇ ਵੀ ਕੀ ਕਹਿਣਾ ਚਾਹੁੰਦੇ ਤੁਸੀਂ। ਸੋ ਅੱਜ ਦੀ ਗੱਲ ਜੇ ਕਹਾਂ, ਜਿੰਨੇ ਕੁ ਵੀ ਸਾਡੇ ਦਰਸ਼ਕਾਂ ਨੇ ਦੇਖਿਆ, ਮੁੱਦਾ ਦੇਖਿਆ ਹੋਏਗਾ ਤਕਰੀਬਨ, ਸਾਡੇ ਜਿਹੜੇ ਸ਼ਾਮ ਨੂੰ ਖਬਰਾਂ ਤੋਂ ਬਾਅਦ ਦੀ ਗੱਲ ਕਰੀਏ, ਤਾਂ ਖਬਰਾਂ ਤੋਂ ਬਾਅਦ ਮੇਰਾ ਖਿਆਲ ਨਹੀਂ ਕਿ ਕਿਸੇ ਘਰ ਦੇ ਵਿੱਚ TV ਕੋਈ ਹੋਰ ਚੈਨਲ ਲੱਗਾ ਹੋਊਗਾ। ਖਬਰਾਂ ਤੋਂ ਬਾਅਦ ਅਗਰ ਗੱਲ ਕਰੀਏ, ਤਾਂ ਹੁਣ ਤੱਕ ਮੇਰੇ ਪ੍ਰੋਗਰਾਮ ਤੱਕ ਪਰਮਾਤਮਾ ਦਾ ਸ਼ੁਕਰ ਹੈ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਸ ਪੰਜਾਬੀ ਲੱਗਿਆ ਮਿਲਦਾ ਹਰ ਘਰ ਦੇ ਵਿੱਚ। ਸੋ ਮੈਂ ਇਹ ਸੋਚਿਆ ਕਿ ਤੁਹਾਡੀਆਂ ਕਾਲਾਂ ਲੈ ਕੇ ਤੁਹਾਡੇ ਇਸ ਵਿਸ਼ੇ ਦੇ ਵਿਚਾਰ ਜਾਣਾਂਗੇ, ਕਾਲਾਂ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਕੀ ਗੁਰੂ ਘਰਾਂ ਦੇ ਵਿੱਚ ਹੋ ਰਿਹਾ ਅਤੇ ਕੀ ਹੋਣਾ ਚਾਹੀਦਾ। ਵੈਸੇ ਮੈਂ ਚਾਹਾਂਗਾ ਕਿ ਦਵਿੰਦਰ ਹੋਠੀ ਨੂੰ ਵੀ 1 ਅੱਧੇ ਮਿੰਟ ਵਾਸਤੇ ਭਾਵੇਂ ਲਈਏ, ਥੋੜ੍ਹੀ ਦੇਰ ਵਾਸਤੇ ਲੈ ਕੇ, ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਪ੍ਰੋਗਰਾਮ ਲੈ ਕੇ, ਔਰ ਪ੍ਰੋਗਰਾਮ ਦਾ ਵਿਸ਼ਾ ਥੋੜ੍ਹਾ ਜਿਹਾ ਕਸੂਤਾ ਜਿਹਾ ਮੈਂ ਰੱਖ ਬੈਠਾ, ਉਮੀਦ ਹੈ ਵੀ ਤੁਸੀਂ ਮਤਲਬ ਹਿਸਾਬ ਜਿਹੇ ਨਾਲ ਗੱਲ ਜਿਹੜੀ ਉਹ ਕਰੋਗੇ। ਪਰ ਤੁਹਾਡੀਆਂ ਕਾਲਾਂ ਲੈਣ ਤੋਂ ਪਹਿਲਾਂ ਤੁਹਾਡੀਆਂ ਕਾਲਾਂ ਅਗਲੇ ਸੈਗਮੈਂਟ ਤੋਂ, ਯਾਨੀ ਕਿ ਹੁਣ ਜਿਹੜੀ ਬ੍ਰੇਕ ਆਏਗੀ ਉਦੋਂ ਬਾਅਦ ਇਮੀਡੀਏਟ ਤੁਹਾਡੀਆਂ ਕਾਲਾਂ ਲੈਣੀ ਸ਼ੁਰੂ ਕਰ ਦੋ, ਕਾਲਾਂ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ। ਪਰ ਹੁਣ ਮੈਂ ਬੇਨਤੀ ਕਰਦਾ ਤੁਹਾਨੂੰ ਹੋਲਡ ਰੱਖਣੀਆਂ ਪੈਣਗੀਆਂ, ਹਜੇ 5-7 ਮਿੰਟ ਕਾ ਜਿਹੜੀ ਕਾਲ ਹੈ, ਜਾਂ ਫਿਰ ਦੁਬਾਰਾ ਮਿਲਾ ਸਕਦੇ ਹਾਂ। ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਮੌਜੂਦ ਨੇ, ਵਿਅੰਗਮਈ ਕਵਿਤਾ ਇਹਨਾਂ ਦੀ ਹੁੰਦੀ ਹੈ, ਦੇਖਦੇ ਹਾਂ ਅੱਜ ਇਹੋ ਜਿਹੇ ਮਾਹੌਲ 'ਤੇ ਕੀ ਵਿਅੰਗ ਕਰਦੇ ਨੇ। ਹਾਂਜੀ ਪ੍ਰਧਾਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਨੂੰ ਆਵਾਜ਼ ਮਾਰੀ ਜੀ? ਮੈਂ ਕਿਹਾ ਤੁਸੀਂ ਵੀ ਕਾਇਦੇ ਪ੍ਰਧਾਨ ਹੋਵੋਗੇ, ਹੋ ਸਕਦਾ ਟਰੱਕ ਯੂਨੀਅਨ ਦੇ ਹੋਵੋ ਇੱਥੇ, ਜਾਂ ਬੇ ਏਰੀਏ ਦੇ ਕਿਤੇ, ਜਾਂ ਕਿਤੇ ਹੋ ਸਕਦਾ ਕਿਸੇ ਮਾਰਕੀਟ ਦੇ ਪ੍ਰਧਾਨ ਹੋਵੋਗੇ। ਪ੍ਰਧਾਨ ਕਹਿ ਕੇ ਉਦਾਂ ਫੀਲਿੰਗ ਹੀ ਆ ਜਾਂਦੀ ਆ, ਉਹ ਤੁਹਾਡੇ ਪਤਾ ਨਹੀਂ ਕਦੇ ਬਣਨਾ ਕਦੋਂ ਬਣਨਾ। ਅੱਛਾ, ਇਹ ਵੈਸੇ ਲਫ਼ਜ਼ ਕਿ ਪ੍ਰੈਜ਼ੀਡੈਂਟ ਕਹੋ ਤੇ ਉਹ ਨੀ ਗੱਲ ਨਹੀਂ ਬਣਦੀ ਹੈਗੀ। ਨਹੀਂ, ਜਿਹੜਾ ਪ੍ਰਧਾਨ ਆ ਧੁਰ ਧੁਨੀ ਤੱਕ ਜਾਂਦਾ, ਕੰਨਾਂ ਵਿੱਚ ਦੀ ਧੁਨੀ ਤੱਕ ਜਾ ਕੇ ਵੱਜਦਾ, ਤੱਕ ਦਮ ਬੰਦਾ ਖੜਦਾ ਹੈ। ਮੈਨੂੰ ਕਿਹਾ ਕੋਈ ਨਗਰ ਨਿਗਮ ਦਾ, ਕੋਈ ਆੜ ਦਾ ਪ੍ਰਧਾਨ, ਕੋਈ ਕਾਹੇ ਦਾ ਪ੍ਰਧਾਨ, ਜੇ ਕੁੱਲ ਪ੍ਰਧਾਨ ਪੰਜਾਬ ਦੇ ਵਿੱਚ ਗਿਣਨੇ ਹੋਣ ਤਾਂ ਮੇਰੇ ਖਿਆਲ ਲੱਖਾਂ ਅਹੁਦੇ ਬਣ ਜਾਣੇ, ਲੱਖਾਂ ਅਹੁਦਿਆਂ ਦੇ ਪ੍ਰਧਾਨ ਹੋਣਗੇ। ਜਿੱਥੋਂ ਮਰਜ਼ੀ ਸ਼ੁਰੂ ਕਰ ਦੋ, ਹਾਂਜੀ, ਬੱਚਿਆਂ ਦੇ ਪ੍ਰਧਾਨ ਵੀ ਆ ਜਾਣੇ, ਬਿਲਕੁਲ ਸਹੀ ਗੱਲ। ਅੱਛਾ, ਮੁੱਦਾ ਦੇਖਿਆ ਸੀ ਅੱਜ? ਮੁੱਦਾ ਤੇ ਭਾਜੀ ਦੇਖਿਆ, ਤੇ ਮੈਂ ਗੱਲ ਚਲੋ ਕਰ ਦਿੰਦੇ ਹਾਂ, ਕਹਿੰਦੇ ਵੀ ਝੱਗਾ ਚੱਕਿਓ ਆਪਣਾ ਢਿੱਡ ਨੰਗਾ ਹੁੰਦਾ। ਮੈਂ ਕਦੀ ਗੱਲ ਕੀਤੀ ਨਹੀਂ ਆਪਣੇ ਸ਼ਹਿਰ ਬਾਰੇ ਜਿੱਥੇ ਮੈਂ ਰਹਿੰਦਾ ਹਾਂ, ਸੈਨ ਹੋਜੇ ਕੈਲੀਫੋਰਨੀਆ ਦੇ ਵਿੱਚ, ਇੱਥੇ ਇਹ ਮੁੱਦਾ ਦੇਖਦੇ ਨੂੰ ਮੈਨੂੰ ਘੱਟੋ ਘੱਟ 6 ਮਹੀਨੇ ਹੋ ਗਏ। ਮਤਲਬ ਇਹ ਕਹਾਣੀ, ਇੱਕ ਕਹਿੰਦੇ ਨਾ ਉਹ ਸੀਗੀ ਸੀਰੀਅਲ ਜਿਹਾ ਸੀ ਕਹਾਣੀ ਘਰ ਘਰ ਕੀ, ਇਹ ਕਹਾਣੀ ਤਕਰੀਬਨ ਮੈਕਸੀਮਮ ਗੁਰੂ ਘਰ ਦੀ ਘਰਾਂ ਦੀ ਹੈ।
ਜਿਹੜਾ ਫੜਿਆ ਜਾਵੇ ਉਹ ਹੀ ਚੋਰ ਹਨਾ ਮੋਟਾ ਮੋਟਾ ਸਾਡੇ ਇੱਥੇ ਤੁਸੀਂ ਆਉਂਦੇ ਰਹਿੰਦੇ ਆ ਤੁਹਾਨੂੰ ਪਤਾ ਵੀ ਆਪਾਂ ਕਈ ਵਾਰ ਦਰਸ਼ਨ ਕੀਤੇ ਸਨ ਹੋ ਜੇ ਗੁਰਦੁਆਰਾ ਸਾਹਿਬ ਜਿਹੜਾ ਨਾ ਇਹ ਆਪਣੇ ਜੇ ਮੈਂ ਗਲਤ ਨਹੀਂ ਤਾਂ ਵਰਲਡ ਦੇ ਵਿੱਚ ਨਾ ਪੂਰੀ ਦੁਨੀਆਂ ਦੇ ਵਿੱਚੋਂ ਪਹਿਲੇ 8ਵੇਂ 10ਵੇਂ ਨੰਬਰ ਦੇ ਉੱਪਰ ਹੈ ਜੀ ਮਤਲਬ ਬਹੁਤ ਸੋਹਣੀ ਬਿਲਡਿੰਗ ਤੇ ਹਰ ਕੰਮ ਬਹੁਤ ਸੋਹਣਾ ਹਨਾ ਖੈਰ ਉੱਥੇ ਵੀ ਹੁਣ ਉਹ ਘਰਮਸ ਪਿਆ ਇਸ ਟਾਈਮ ਤੇ ਉਹ ਘਰਮਸ ਪਿਆ ਜਿੱਦਾਂ ਕੋਰਟ ਦੇ ਵਿੱਚ ਕੇਸੋ ਕੇਸੀ ਚੱਲ ਰਿਹਾ ਤੇ ਬਾਹਰ ਹਜੇ ਕੇਸੋ ਕੇਸੀ ਤੋਂ ਬਚਾਇਆ ਪਰਮਾਤਮਾ ਬਚਾ ਰੱਖੇ ਇਹ ਤਾਂ ਆਪਾਂ ਨੂੰ ਇਹ ਦੇਖੋ ਇਹ ਤਾਂ ਮੈਂ ਨਿਊਯਾਰਕ ਰਹਿੰਦਾ ਸੀ ਤੇ ਮੇਰਾ ਉੱਥੇ ਇੰਟਰਸਟ ਚਲੋ ਹੈਗਾ ਸ਼ਹਿਰ ਦੇ ਨਾਲ ਲਗਾਓ ਹੈਗਾ ਗੁਰੂ ਘਰ ਜਾਂਦੇ ਸੀ ਜਿਸ ਗੁਰੂ ਘਰ ਦੀ ਗੱਲ ਹੋ ਰਹੀ ਉਸ ਗੁਰੂ ਘਰ ਸਾਡੇ ਘਰ ਤੋਂ ਅੱਧੇ ਮੀਲ ਤੇ ਹੈਗਾ ਹਰ ਐਤਵਾਰ ਦਰਸ਼ਨ ਕਰਨ ਜਾਈਦਾ ਸੀ ਠੀਕ ਹੈ ਇਸ ਲਗਾਓ ਹੈਗਾ ਤੇ ਤੁਹਾਡਾ ਇੱਥੇ ਤੁਸੀਂ ਤੁਹਾਡੇ ਸ਼ਹਿਰ ਦੀ ਗੱਲ ਕਰਤੀ ਇਹ ਤਾਂ ਅਸੀਂ ਦੇਖੇ ਕਰਕੇ ਸਾਨੂੰ ਦੱਸਦੇ ਤੇ ਬਾਕੀ ਤੇ ਫਿਰ ਮੈਂ ਕਹਿੰਦਾ ਕੋਠੇ ਚੜ ਕੇ ਦੇਖੀਏ ਘਰ ਘਰ ਇਹੋ ਅੱਗ ਵਾਲਾ ਹਾਲ ਨਾ ਹੋਵੇ ਘਰ ਘਰ ਇਹੋ ਅੱਗ ਬਾਬਾ ਜੀ ਬਹੁਤ ਚਿਰ ਪਹਿਲੋਂ ਕਹਿ ਗਿਆ ਸੀ ਸੋ ਇੱਥੇ ਤਾਂ ਵੀ ਇਸ ਟਾਈਮ ਦੇ ਉੱਤੇ ਮਤਲਬ ਟੀਵੀ ਦੇ ਉੱਤੇ 60 ਬਿਟਾਂ ਹੁੰਦੀਆਂ ਵੱਖਰੀ ਗੱਲ ਆ ਹਾਲਾਤ ਇੱਥੇ ਪਹੁੰਚੇ ਆ ਵੀ ਜਿੰਨਾ ਜ਼ਿਆਦਾ ਵਿੱਚ ਕੋਰਟ ਇਨਵੋਲਵ ਹੋ ਰਿਹਾ ਜੋ ਖਬਰਾਂ ਸੁਣਨ ਨੂੰ ਮਿਲ ਰਹੀਆਂ ਵੀ ਰੱਬ ਕਰੇ ਝੂਠ ਹੋਵੇ ਪਰ ਲੱਗ ਰਿਹਾ ਕਿਸੇ ਵੇਲੇ ਵੀ ਕੋਈ ਮਾੜੀ ਖਬਰ ਜਿਹੜੀ ਸੁਣਨ ਨੂੰ ਉਹ ਮਿਲ ਸਕਦੀ ਵੀ ਕੋਰਟ ਜਿੰਨਾ ਇਨਵੋਲਵ ਹੈ ਇਹ ਵੀ ਕਹਿ ਸਕਦਾ ਵੀ ਜੇ ਤੁਸੀਂ ਕਿਸੇ ਪਾਸੇ ਨਹੀਂ ਲੱਗਣਾ ਤਾਂ ਫਿਰ ਥੋੜੇ ਚਿਰ ਵਾਸਤੇ ਤੁਸੀਂ ਬ੍ਰੇਕ ਬਰੂਕ ਲਾ ਲਓ ਦੋਨੇ ਜਣੇ ਹਨਾ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਂਦੇ ਆ ਦਾਦਾ ਵੀ ਪਰਮਾਤਮਾ ਇਸ ਚੀਜ਼ ਤੋਂ ਬਚਾ ਰੱਖੇ ਮੈਂ ਦਵਿੰਦਰ ਕਹਿ ਕੇ ਹਟਿਆ ਪਹਿਲਾਂ ਸ਼ੁਰੂਆਤ ਦੇ ਵਿੱਚ ਵੀ ਕਿਤੇ ਇਹ ਹਾਲਾਤ ਨਾ ਹੋ ਜਾਣ ਜਿਵੇਂ ਹੁਣ ਅਸੀਂ ਕਹਿੰਦੇ ਨਾ 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 ਪੰਜਾਬ ਨਹੀਂ ਜਾਣਾ ਹਾਲਾਤ ਬੜੇ ਖਰਾਬ ਨੇ ਉੱਥੇ ਉਹ ਕੋਈ ਪਤਾ ਨਹੀਂ ਕੀ ਹੋ ਜਾਏ ਨਾ 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 ਨਿਆਣੇ ਕਹਿੰਦੇ ਨਾ ਪਾਪਾ ਪੰਜਾਬ ਨਹੀਂ ਜਾਣਾ ਬਜ਼ੁਰਗ ਕਹਿੰਦੇ ਨਾ ਨਾ ਪੰਜਾਬ ਨਹੀਂ ਜਾਣਾ ਜੀ ਹੁਣ ਅਸੀਂ ਤਾਂ ਉੱਥੇ ਬਹੁਤ ਬੁਰਾ ਹਾਲ ਉੱਥੇ ਬਹੁਤ ਹਾਲਾਤ ਬੜੇ ਖਰਾਬ ਨੇ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ ਕਿਤੇ ਗੁਰੂ ਘਰਾਂ ਦੇ ਵਿੱਚ ਵੀ ਇਹ ਚੀਜ਼ਾਂ ਨਾ ਨਾ ਆ ਜਾਣ ਲੋਕਾਂ ਦੇ ਦਿਮਾਗ 'ਚ ਆਉਣੀਆਂ ਸ਼ੁਰੂ ਹੋ ਜਾਣ ਜਿਹੜੇ ਬਿਲਕੁਲ ਭਾਅ ਜੀ ਜਿੱਦਾਂ ਆਪਾਂ ਸੋਚਦੇ ਵੀ ਕਿਸੇ ਵੀ ਪਾਰਟੀ ਦੇ ਵਿੱਚ ਨਾ ਪੂਰੀ ਪੂਰੀ ਪਾਰਟੀ ਦੇ ਸਾਰੇ ਬੰਦੇ ਕਦੀ ਚੰਗੇ ਨਹੀਂ ਹੋ ਸਕਦੇ ਔਰ ਸਾਰੇ ਦੇ ਸਾਰੇ ਮਾੜੇ ਨਹੀਂ ਹੋ ਸਕਦੇ ਮਾੜੇ ਨਹੀਂ ਹੋ ਸਕਦੇ ਤੇ ਹੁਣ ਇਹੋ ਜਿਹਾ ਚਾਹੀਦਾ ਲੋਕਾਂ ਨੂੰ ਆਪਣੀ ਸਮਝ ਕਰਨੀ ਚਾਹੀਦੀ ਜਿਹੜੇ ਚੰਗੇ ਬੰਦੇ ਤੁਹਾਨੂੰ ਦਿਦੇ ਆ ਤੁਹਾਡੇ ਸਾਹਮਣੇ ਆ ਸਾਹਮਣੇ ਜਿਹਨਾਂ ਨੇ ਕੰਮ ਕਰਕੇ ਦਿਖਾਏ ਆ ਜਾਂ ਕਰ ਰਹੇ ਆ ਕਿਸੇ ਪਾਸੇ ਦੇ ਵੀ ਹੋ ਸਕਦੇ ਉਹ ਇਕੱਠੇ ਹੋ ਜਾਣ ਤੇ ਪਰ ਇੱਦਾਂ ਹੁੰਦੀ ਨਹੀਂ ਹੈ ਇਹ ਤੱਕ ਵਿਚਾਰ ਆਉਂਦਾ ਮੰਨਦਾ ਪਰ ਇੱਦਾਂ ਹੁੰਦੀ ਨਹੀਂ ਹੁੰਦੀ ਕਦੀ ਜੀ ਇਹ ਵੀ ਜਿਵੇਂ ਕਹਿੰਦੇ ਨਾ ਵੀ ਇਹ ਵੀ ਜਿਵੇਂ ਕਹਿੰਦੇ ਵੀ ਭੂਤ ਇੱਕ ਸਾਡੇ ਮਨ ਦਾ ਵਹਿਮ ਹੈ ਅੱਛਾ ਇਹ ਚਲੋ ਆਪਾਂ ਕਵਿਤਾ ਵਾਲੇ ਪਾਸੇ ਵੀ ਜਾਣਾ ਸਮਾਂ ਵੀ ਭੱਜਿਆ ਜਾਂਦਾ ਅਤੇ ਵੈਸੇ ਦਵਿੰਦਰ ਮੈਂ ਸਾਡੇ ਦਰਸ਼ਕਾਂ ਨੂੰ ਪੁੱਛੂੰਗਾ ਇਹ ਗੱਲ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਇਹਨਾਂ ਚੀਜ਼ਾਂ ਦੇ ਕਾਰਨ ਕੀ ਨੇ ਤੇ ਹੱਲ ਕੀ ਜੀ ਦੇਖੋ ਕਾਰਨ ਤੇ ਉਹ ਆਪਾਂ ਕਵਿਤਾ ਦੇ ਵਿੱਚ ਵੀ ਦੱਸ ਦੇਣਾ ਵੀ ਕਾਰਨ ਤੇ ਇਹ ਆ ਮੇਨ ਕਿ ਪਾਵਰ 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 ਹਨਾ ਕਵਿਤਾ ਵਾਲੇ ਪਾਸੇ ਹੀ ਹੋਈਏ ਫਿਰ ਉਦੋਂ ਉਹਦੇ ਵਿੱਚ ਬੜਾ ਕੁਝ ਮਿਟਿਆ ਬੜਾ ਕੁਝ ਹੋ ਜਾਣਾ ਤੇ ਆਪਾਂ ਅੱਛਾ ਕਵਿਤਾ ਇੱਕ ਤੁਹਾਡੀ ਆਪਾਂ ਕਾਫੀ ਦੇਰ ਪਹਿਲਾਂ ਸਾਂਝੀ ਕੀਤੀ ਸੀ ਸਾਡੇ ਦਰਸ਼ਕਾਂ ਦੇ ਨਾਲ ਵੀ ਅਮਰੀਕਾ ਦੇ ਵਿੱਚ ਆ ਪਾਪਾ ਤੇ ਉਹਦੇ 'ਚ ਐ ਗੁਰੂ ਘਰਾਂ ਦੇ ਇਹਨਾਂ ਹਾਲਾਤਾਂ ਦਾ ਬਿਆਨ ਕੀਤਾ ਸੀ ਤੇ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਸੀ ਯਾਰ ਵੀ ਉਹ ਕਵਿਤਾ ਦਵਿੰਦਰ ਨੂੰ ਕਿਉਂ ਕਿਤੇ ਫੇਰ ਸੁਣਾਵੇ ਤੇ ਉਹੀ ਕਵਿਤਾ ਜਾਂ ਹੋਰ ਹੈ ਉਹ ਬਿਲਕੁਲ ਬਿਲਕੁਲ ਸਹੀ ਪਛਾਣ ਮੇਰੇ ਵੀ ਦਿਮਾਗ ਦੇ ਵਿੱਚ ਤੁਹਾਡੇ ਵੀ ਉਹੀ ਚੀਜ਼ ਚੱਲ ਰਹੀ ਸੀ ਕਿਉਂਕਿ ਜਦੋਂ ਦੇਖਿਆ ਮੁੱਦਾ ਸਾਰਾ ਤੁਸੀਂ ਬਾਅਦ ਵਿੱਚ ਦੱਸਿਆ ਕਿ ਆਪਾਂ ਨੂੰ ਚੇਂਜ ਕਰਨਾ ਪੈਣਾ ਵੀ ਉਧਰਲੇ ਪਾਸੇ ਤੇ ਮੇਰੇ ਦਿਮਾਗ 'ਚ ਸਿੱਧਾ ਉਹ ਵੱਜਿਆ ਕਿਦਾਂ ਤੇ ਚੱਲ ਉਹ 'ਤੇ ਗੱਲ ਕਰਾਂਗੇ ਤੇ ਉਹ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਆਪਣਾ ਸ਼ੇਅਰ ਜਿਹੜਾ ਲਿਖਿਆ ਆ ਮੈਂ ਪਹਿਲਾਂ ਰੇਡੀਓ ਪ੍ਰੋਗਰਾਮਾਂ 'ਚ ਵੀ ਬੋਲਦਾ ਰਿਹਾ ਕਾਫੀ ਚਿਰ ਉਹ ਮੈਂ ਉੱਥੋਂ ਸਟਾਰਟ ਕਰਦਾ ਕਿ ਖੁਦ ਦਫ਼ਤਾਰ ਸਜਾ ਕੇ ਲਾਉਣ ਜੋ ਦੂਜਿਆਂ ਦੀਆਂ ਦਫ਼ਤਾਰਾਂ ਨੂੰ ਹਾਏ 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 ਖੁਦ ਦਫ਼ਤਾਰ ਸਜਾ ਕੇ ਲਾਉਣ ਜੋ ਦੂਜਿਆਂ ਦੀਆਂ ਦਫ਼ਤਾਰਾਂ ਨੂੰ ਲੱਖ ਲਾਣਤਾਂ ਪਾਵੇ ਹੋਠੀ ਇਹੋ ਜਿਹੇ ਸਰਦਾਰਾਂ ਨੂੰ ਲੱਖ ਲਾਣਤਾਂ ਪਾਵੇ ਹੋਠੀ ਇਹੋ ਜਿਹੇ ਸਰਦਾਰਾਂ ਨੂੰ ਸੋ ਚਲੋ ਆਪਾਂ ਹੁਣ ਹਲਕਾ ਖੁਲ ਕੇ ਮਾਹੌਲ ਕਰਦੇ ਸ਼ੁਕਲ ਮਿਲਿਆ ਚੱਲਦੇ ਇਦਾਂ ਹੁੰਦੀ ਆ ਮੈਂ ਆਪ ਸੀ ਭਰਾ ਮੈਂ ਆਪ ਸੀਰੀਅਸ ਹੋ ਗਿਆ ਸੀ ਮੈਂ ਤਾਂ ਥੋੜ੍ਹਾ ਜਿਹਾ ਹਲਕਾ ਕਰਕੇ ਫਿਰ ਉਦੋਂ ਬਾਅਦ ਫਿਰ ਮੈਨੂੰ ਲੱਗਦਾ ਸੀਰੀਅਸ ਹੋਣਾ ਥੋੜ੍ਹਾ ਬਹੁਤ ਆਪਾਂ ਕੋਈ ਕਵਿਤਾ ਸੁਣਾ ਕੇ ਅਤੇ ਰੰਗ ਨੂੰ ਥੋੜ੍ਹਾ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਹਾਂਜੀ ਨਹੀਂ ਹਲਕਾ ਫੁਲਕਾ ਕਰਦੇ ਇੱਦਾਂ ਆ ਵੀ ਉਹ ਮੁੰਡਾ ਇੱਥੇ ਆਇਆ ਹੁੰਦਾ ਪਹਿਲਾਂ ਪਿੱਛੇ ਉਹਨੇ ਸਪੌਂਸਰ ਕੀਤਾ ਹੁੰਦਾ ਤੇ ਉਹਦਾ ਬਾਪੂ ਵੀ ਆ ਜਾਂਦਾ ਮਗਰ ਜਦੋਂ ਉਹਦੀ ਵਾਰੀ ਆਉਂਦੀ ਆ ਠੀਕ ਹੈ ਬਾਪੂ ਆਉਂਦਾ ਬਾਪੂ ਨੇ ਸਾਰੀ ਜ਼ਿੰਦਗੀ ਬਾਪੂ ਘੁੰਮ ਕਰਕੇ ਦੁਨੀਆਦਾਰੀ ਦੇਖੀ ਹੁੰਦੀ ਉਹਨੂੰ ਸਮਝ ਹੁੰਦੀ ਹੈ ਤੇ ਮੁੰਡਾ ਉਹਦੇ ਦਿਮਾਗ ਦੇ ਵਿੱਚ ਜਿੱਦਾਂ ਆਪਣੇ ਇੱਥੇ ਬਹੁਤੇ ਲੋਕਾਂ ਦੇ ਦਿਮਾਗ 'ਚ ਚੱਲਦੀ ਉਹ ਲੋਕਲ ਪੋਲੀਟਿਕਸ ਜੋ ਵੀ ਹੈ ਉਹ ਕੀ ਕਰਦੇ ਤੇ ਪੁੱਤ ਮੁੰਡਾ ਆਪਣੇ ਬਾਪੂ ਨੂੰ ਕੀ ਕਹਿੰਦਾ ਉਹਦੇ ਨੂੰ ਕਹਿੰਦਾ ਤੂੰ ਆ ਗਿਆ ਵਿੱਚ ਅਮਰੀਕਾ ਦੇ ਹੁਣ ਚਾਰ ਦਿਲਾਂ ਦੇ ਲਾ ਪਾਪਾ ਤੂੰ ਪਾ ਕੇ ਦੁੱਧ 'ਚ ਸਿਰੀਅਲ ਖਾ ਪਾਪਾ ਤੇ ਵਿਟਾਮਿਨ ਪੂਰੇ ਕਰ ਪਹਿਲਾਂ ਬਾਕੀ ਫੀ ਦੇਖੀ ਜਾਊ ਕਹਿੰਦਾ ਤੂੰ ਆ ਗਿਆ ਵਿੱਚ ਅਮਰੀਕਾ ਦੇ ਹੁਣ ਚਾਰ ਦਿਲਾਂ ਦੇ ਲਾ ਪਾਪਾ ਪਾ ਕੇ ਦੁੱਧ 'ਚ ਸਿਰੀਅਲ ਖਾ ਪਾਪਾ ਕਹਿੰਦਾ ਇੱਥੇ 24 ਘੰਟੇ ਤੱਤਾ ਪਾਣੀ ਭਾਵੇਂ ਤੜਕੇ ਉੱਠ ਕੇ ਨਾ ਪਾਪਾ ਕਹਿੰਦਾ ਮੈਡੀਕਲ ਤੇਰਾ ਫ੍ਰੀ ਹੋ ਗਿਆ ਹੁਣ ਭਾਵੇਂ ਟੀਕਾ ਰੋਜ਼ ਹੀ ਲਵਾ ਪਾਪਾ ਤੇ ਕਹਿੰਦਾ ਇੱਥੇ ਕਿਸੇ ਨੇ ਤੈਨੂੰ ਰੋਕਣਾ ਨੀ ਜਿੰਨਾ ਮਰਜ਼ੀ ਨਾਮ ਧਿਆ ਪਾਪਾ ਕਹਿੰਦਾ ਸਭ ਤੋਂ ਚੰਗੀ ਗੱਲ ਇਹ ਆ ਕਿ ਇੱਥੇ ਸਾਡੇ ਲਾਗੇ ਲਾਗੇ ਗੁਰਦੁਆਰੇ 4-5 ਗੁਰਦੁਆਰੇ ਕਹਿੰਦਾ ਲੱਗ ਰਹੇ ਕਹਿੰਦਾ ਲਾਗੇ ਲਾਗੇ ਗੁਰਦੁਆਰੇ ਆ ਤੂੰ ਜਿਹੜੇ 'ਚ ਮਰਜ਼ੀ ਜਾ ਪਾਪਾ ਤੇ ਜੇ ਕਹਿੰਦਾ ਟੈਕ ਕੇ ਕਿਸੇ ਇੱਕ ਗੁਰਦੁਆਰੇ ਵਿੱਚ ਸਾਲ ਕੁ ਭਰ ਲੰਗਰ ਵਰਤਾ ਦਿੰਦੇ ਸੇਵਾ ਕਰ ਦਿੰਦੇ ਕੋਈ ਵੀ
ਕਹਿੰਦਾ ਟੈਕੇ ਬਰਤਾਲਵੇਂ ਲੰਗਰ ਤੇ ਤੈਨੂੰ ਕਮੇਟੀ ਆਏ ਆਪੇ ਲੈਣਗੇ ਵਿੱਚ ਰਲਾ ਭਾਪਾ, ਕਿਉਂਕਿ ਉਹਨਾਂ ਨੂੰ ਚਾਹੀਦਾ ਹੁੰਦਾ ਵੀ ਸਾਨੂੰ ਕੋਈ ਜਿਹੜਾ ਲੋਕਾਂ 'ਚ ਫੇਮਸ ਚਿਹਰਾ ਸਾਡੇ ਨਾਲ ਆ ਜਾਵੇ, ਹੈ ਨਾ, ਜੀ ਜੀ ਕੋਈ ਜੀ ਵੀ ਕਮੇਟੀ ਹੋਵੇ। ਕਹਿੰਦਾ ਸਾਲ ਕਿਤੇ ਬਰਤਾਲਵੇਂ ਲੰਗਰ ਰਹਿਣਗੇ ਵਿੱਚ ਰਲਾ ਭਾਪਾ, ਤੇ ਕਹਿੰਦਾ ਜੇ ਫੇਰ ਵੀ ਗੱਲ ਕੋਈ ਨਾ ਬਣੀ ਤੇ ਕਹਿੰਦਾ ਫਿਰ ਖਲਾਰਾ ਦਿਆਂਗੇ ਪਾ ਭਾਪਾ, ਚਮਟੇ ਕਿਰਪਾਨਾਂ ਢੋਲਕੀਆਂ ਦਿਆਂਗੇ ਸਭ ਖੜਕਾ ਭਾਪਾ, ਕਹਿੰਦਾ ਜੇ ਲੋੜ ਕਹਿੰਦਾ ਨੰਗੇ ਸਿਰ ਫਿਰ ਸਣੀ ਜੁੱਤੀਆਂ ਲਵਾਂਗੇ ਪੁਲਿਸ ਅੰਦਰ ਬੁਲਾ ਭਾਪਾ, ਕਹਿੰਦਾ ਜੇ ਲੋੜ ਪਈ ਤਾਂ ਗੁਰਦੁਆਰੇ ਨੂੰ ਜਿੰਦਾ ਵੀ ਦਵਾਂਗੇ ਲਵਾ ਭਾਪਾ, ਤੇ ਕਹਿੰਦਾ ਚੌਧਰ ਖਾਤਰ ਪੂਰੀ ਕੌਮ ਦੇ ਸਿਰ ਚ ਪਾਦਾਂਗੇ ਸਵਾਹ ਭਾਪਾ, ਉਹ ਤੂੰ ਆ ਗਿਆ ਵਿੱਚ ਅਮਰੀਕਾ ਦੇ ਹੁਣ ਫੱਟੇ ਚੱਕੀ ਜਾ ਭਾਪਾ, ਪਾ ਕੇ ਦੁੱਧ ਚ ਸਰੀਅਲ ਖਾ ਭਾਪਾ। ਤੇ ਹੁਣ ਬਾਪੂ ਉਹਨੇ ਦੁਨੀਆਦਾਰੀ ਦੇਖੀ ਹੁੰਦੀ, ਉਹਨੂੰ ਪਤਾ ਮੁੰਡੇ ਦਾ ਖੂਨ ਹਜੇ ਤੱਤਾ, ਉਹ ਕਹਿੰਦਾ ਕੀ ਤੂੰ ਬੋਲੀ ਜਾਂਦਾ ਵਾ ਐਵੇਂ ਨਾ ਰੌਲਾ ਪਾ ਕਾਕਾ, ਕਹਿੰਦਾ ਜਿਹੜਾ ਟੈਲੀਵਿਜ਼ਨ ਵਿੱਚ ਦਿਖਾਉਂਦੇ ਹੁੰਦੇ ਮੈਨੂੰ ਉਹ ਅਮਰੀਕਾ ਦਿਖਾ ਕਾਕਾ, ਕਹਿੰਦਾ ਮੈਂ ਸੁਣਿਆ ਇੱਥੇ ਪੱਬਾਂ ਵਾਧੂ, ਇੱਥੇ ਰਾਤ ਨੂੰ ਨਾਈਟ ਕਲੱਬਾਂ ਵਾਧੂ, ਕਹਿੰਦਾ ਚਾਹ ਦਿਲਾਂ ਦੇ ਲਾਉਂਦੀਆਂ ਨੇ ਜਿੱਥੇ ਮੇਮਾਂ ਗਿੱਧਾ ਪਾਉਂਦੀਆਂ ਨੇ, ਮੈਨੂੰ ਡੌਨ ਟੌਨ ਘੁਮਾ ਕਾਕਾ, ਜਿਹੜਾ ਟੈਲੀਵਿਜ਼ਨ ਵਿੱਚ ਦਿਖਾਉਂਦੇ ਹੁੰਦੇ ਮੈਨੂੰ ਉਹ ਅਮਰੀਕਾ ਦਿਖਾ ਕਾਕਾ। ਚਲੋ ਥੋੜਾ ਜਿਹਾ ਹਾਸਾ ਮਜ਼ਾਕ ਕਰਕੇ ਫਿਰ ਅਸਲੀ ਗੱਲ ਤੇ ਆਉਂਦਾ, ਕਹਿੰਦਾ ਪੁੱਤ ਗੁਰੂ ਘਰਾਂ ਵਿੱਚ ਆਮ ਬੰਦਾ ਤਾਂ ਮੱਥਾ ਟੇਕਣ ਤੱਕ ਹੀ ਚੰਗਾ ਆ, ਆਮ ਇਨਸਾਨ, ਕਹਿੰਦਾ ਗੁਰਪੁੱਤ ਗੁਰੂ ਘਰਾਂ ਵਿੱਚ ਆਮ ਬੰਦਾ ਤਾਂ ਮੱਥਾ ਟੇਕਣ ਤੱਕ ਚੰਗਾ ਆ, ਉੱਥੇ ਕਹਿੰਦਾ ਹੁਣ ਨਾਮ ਸੇਵਾ ਦੀ ਗੱਲ ਘੱਟ ਹੁੰਦੀ ਤੇ ਚੌਧਰਾਂ ਦਾ ਵੱਧ ਪੰਗਾ ਆ। ਕੀ ਬਾਤ ਹੈ, ਕਹਿੰਦਾ ਪੁੱਤ ਉੱਥੇ ਹਰ ਬੰਦਾ ਹੀ ਪ੍ਰਧਾਨ ਬਣਨ ਲਈ ਚੱਕੀ ਫਿਰਦਾ ਝੋਲਾ ਆ, ਹਰ ਬੰਦਾ ਹੀ ਪ੍ਰਧਾਨ ਬਣਨ ਲਈ ਚੱਕੀ ਫਿਰਦਾ ਝੋਲਾ ਆ, ਇਹ ਕਹਿੰਦਾ ਪੁੱਤ ਪਿੱਛੋਂ ਰਾਗੀ ਢਾਡੀ ਸੱਦਣ ਦਾ ਕੋਈ ਲੁਕਮਾ ਛਿਪਮਾ ਜਿਹਾ ਰੌਲਾ ਆ, ਜਿਹੜਾ ਕਹਿੰਦਾ ਆਮ ਬੰਦੇ ਦੇ ਸਮਝ ਨਹੀਂ ਚੜਾਈਆਂ ਝਗੜੇ, ਕਹਿੰਦਾ ਹਰ ਬੰਦਾ ਹੀ ਪ੍ਰਧਾਨ ਬਣਨ ਨੂੰ ਚੱਕੀ ਫਿਰਦਾ ਝੋਲਾ ਆ, ਇਹ ਰਾਗੀ ਢਾਡੀ ਸੱਦਣ ਦਾ ਕੋਈ ਲੁਕਮਾ ਛਿਪਮਾ ਰੌਲਾ ਆ। ਤੇ ਉਹ ਕਹਿੰਦਾ ਪਾਪੋ ਫਿਰ ਤੂੰ ਕੀ ਚਾਹਣਾ, ਕਹਿੰਦਾ ਪੁੱਤ ਦੇਸੀ ਪੀ ਪੀ ਅੱਕ ਗਏ ਆ, ਕੋਈ ਬ੍ਰਾਂਡਡ ਜਿਹੇ ਲਵਾ ਕਾਕਾ, ਜਿਹੜਾ ਟੈਲੀਵਿਜ਼ਨ ਵਿੱਚ ਦਿਖਾਉਂਦੇ ਹੁੰਦੇ ਮੈਨੂੰ ਉਹ ਅਮਰੀਕਾ ਦਿਖਾ ਕਾਕਾ, ਐਵੇਂ ਨਾ ਪੰਗਾ ਪਾ ਕਾਕਾ। ਇਹ ਵੈਸੇ ਦਵਿੰਦਰ ਇਹੋ ਜੀ ਕਵਿਤਾ ਨੂੰ ਮਤਲਬ ਸਾਂਭਣਾ ਸਮੇਟਣਾ ਬੜਾ ਔਖਾ ਹੁੰਦਾ। ਇਹ ਵਿਅੰਗਾ ਜਦੋਂ ਤੁਹਾਡੇ ਆਲੇ ਦੁਆਲੇ ਪਰਿਸਥਿਤੀਆਂ ਆਉਂਦੀਆਂ, ਜਦੋਂ ਪਰਮਾਤਮਾ ਨੇ ਕਿਸੇ ਨੂੰ ਕਲਮ ਬਖਸ਼ੀ ਹੁੰਦੀ ਨਾ, ਉਹ ਜੋ ਫਿਰ ਤੁਹਾਡੇ ਆਲੇ ਦੁਆਲੇ ਹੁੰਦਾ ਤੁਸੀਂ ਰੋਜ਼ ਦੇਖਦੇ ਹੋ ਸੁਣਦੇ ਹੋ, ਟੈਲੀਵਿਜ਼ਨ ਲਾ ਲਓ ਉਹਦੇ ਵਿੱਚ ਵੀ ਉਹ ਹੀ, ਗੁਰੂ ਘਰ ਚਲ ਜਾਓ ਉੱਥੇ ਵੀ ਉਹ ਹੀ, ਅਖਬਾਰ ਚੱਕ ਲਓ ਉੱਥੇ ਵੀ ਉਹ ਹੀ, ਫਿਰ ਉਸ ਚੀਜ਼ ਨੂੰ ਆਪਣੇ ਆਪ ਹੀ ਪਰਮਾਤਮਾ ਵੱਲੋਂ ਜਿਹੜਾ ਰੰਗ ਉਹ ਚੜ੍ਹਦਾ ਜਾਂਦਾ। ਵੈਸੇ ਇਹ ਚੀਜ਼ਾਂ ਮੇਰੇ ਖਿਆਲ ਬਾਕੀ ਜਿਹੜੇ ਕੋਈ ਆਪਣਾ ਵਾਹ ਵਾਸਤਾ ਪਿਆ ਪੈਂਦਾ ਨਹੀਂ ਕ੍ਰਿਸ਼ਨਾਂ ਨਾਲ, ਜਾਂ ਅਸੀਂ ਕਹਿ ਰਹੀਏ ਅਸੀਂ ਇੱਥੇ ਚਾਹੇ ਮੰਦਰਾਂ ਦੀ ਗੱਲ ਕਰੀਏ, ਚਾਹੇ ਅਸੀਂ ਮਸਜਿਦ ਦੀ ਗੱਲ ਕਰੀਏ, ਬਾਹਰਲੇ ਮੁਲਕਾਂ ਦੀ ਅਗਰ ਗੱਲ ਕਰੀਏ, ਤੇ ਉਹਨਾਂ ਦੇ ਵਿੱਚ ਵੀ ਇਹ ਹੋਊਗਾ ਜਾਂ ਨਹੀਂ ਹੋਊਗਾ? ਜੈਸਾ ਦੇਖੋ ਹੁੰਦਾ, ਦੇਖੋ ਇੱਕ ਗੱਲ ਆਪਾਂ ਨੂੰ ਮੰਨੀ ਪਈ, ਜਿਹੜੀ ਜਿੱਦਾਂ ਕ੍ਰਿਸਚਨ ਹੈ ਨਾ, ਇਹਨਾਂ ਨੇ ਇੱਕ ਐਜੂਕੇਸ਼ਨ ਰੱਖੀ ਪਈ ਵੀ ਜਿਹੜਾ ਫਾਦਰ ਬਣਨਾ ਨਾ ਉਹਨੇ ਉਹਦੀ ਘੱਟੋ ਘੱਟ ਆਹ ਐਜੂਕੇਸ਼ਨ ਹੋਣੀ ਚਾਹੀਦੀ, ਉਹਨੇ ਇਸੇ ਚੀਜ਼ ਦਾ ਪ੍ਰਚਾਰ ਕਰਨਾ, ਕੋਲੋਂ ਬਣਾ ਕੇ ਕਹਾਣੀ ਨਹੀਂ ਛੱਡਣੀ ਜਾਂ ਗੱਪ ਨਹੀਂ ਛੱਡਣੀ। ਔਰ ਬੜੇ ਬੜੇ ਪ੍ਰੈਕਟੀਕਲ ਜਿਹਾ ਲੋਕ ਆ, ਮਾੜੀ ਜਿਹੀ ਗਲਤੀ ਹੁੰਦੀ ਆ ਸਾਰਾ ਕੁਝ ਮਿੰਟੋ ਮਿੰਟ ਇਕੱਠਾ ਕਰ ਦਿੰਦੇ, ਹੁੰਦਾ ਤਾਂ ਹੈ ਉੱਥੇ ਵੀ, ਠੀਕ ਆ। ਨਹੀਂ ਉਹਨਾਂ ਦੇ ਮਤਲਬ ਇਹ ਚੀਜ਼ ਜਿਹੜੀ ਹੈ, ਜਿਹੜੀ ਮੈਂ ਐਕਚੁਅਲੀ ਗੱਲ ਕਰ ਰਿਹਾ ਸੀਗਾ, ਇਹ ਜੀ ਇਹ ਮਸਜਿਦ ਦੇ ਪ੍ਰਧਾਨ ਨੇ ਜਾਂ ਇਹ ਚਰਚ ਦੇ ਪ੍ਰਧਾਨ ਨੇ ਤੇ ਇਹ ਜਾਂ ਮੰਦਰ ਦੇ ਪ੍ਰਧਾਨ ਨੇ, ਮੰਦਰਾਂ ਦੀ ਤਾਂ ਸ਼ਾਇਦ ਹੈ ਨਹੀਂ ਆਪਣਾ ਉਹ, ਤੇ ਇੰਡੀਆ ਤੋਂ ਜਿਹੜਾ ਏਸ਼ੀਆ ਤੋਂ ਜੋ ਕੁਛ ਆਇਆ ਉੱਥੇ ਤੇ ਇਹ ਕੁਛ ਹੀ ਜੋ ਇੱਥੇ ਜਿਹਦਾ ਉਹ ਹੱਥ ਹੈਗਾ, ਠੀਕ ਹੈ, ਆਪਾਂ ਦੇ ਨਾਲ ਲੈਣ ਲੱਗੇ ਦੋ ਤਿੰਨਾਂ ਦਾ ਪਤਾ ਵੀ ਹੈਗਾ। ਬਾਕੀ ਜਿਹੜੀ ਆਪਾਂ ਗੱਲ ਉਹ ਕਰੀ ਨਾ ਚਰਚਾਂ ਦੀ, ਉੱਥੇ ਜਦੋਂ ਉਹਨਾਂ ਨੇ ਇੱਕ ਸਟੈਂਡਰਡ ਸੈੱਟ ਕਰ ਦਿੱਤਾ ਕਿ ਆਹ ਐਜੂਕੇਸ਼ਨ ਹੋਣੀ ਚਾਹੀਦੀ ਆ, ਇਸ ਚੀਜ਼ ਦੇ ਬਾਰੇ ਤੁਹਾਡੀ ਸਟੱਡੀ ਹੋਣੀ ਚਾਹੀਦੀ ਆ, ਆਹ ਤੁਹਾਡੀਆਂ ਸ਼ਰਤਾਂ, ਆਹ ਚੀਜ਼ ਦਾ ਪ੍ਰਚਾਰ ਹੋਣਾ ਚਾਹੀਦਾ ਇੱਥੋਂ, ਫਿਰ ਉਹ ਜਰਾ ਥੋੜਾ ਜਿਹਾ ਕੰਮ ਰਲਾ ਹੋ ਜਾਂਦਾ। ਬਾਕੀ ਆਪਣੇ ਦਰਸ਼ਕ ਜਿਹੜੇ ਆ ਉਹ ਦੱਸਣਗੇ, ਬਹੁਤ ਸਿਆਣੇ ਆ ਵਿੱਚ ਇਨਵੋਲਵ ਹੋਣਗੇ। ਜੀ ਬਿਲਕੁਲ ਬਿਲਕੁਲ। ਚਲੋ ਦਵਿੰਦਰ, ਬੜੀ ਮਿਹਰਬਾਨੀ ਤੁਹਾਡੀ ਕਵਿਤਾ ਵਾਸਤੇ, ਮੇਰੀ ਸਿਫਾਰਿਸ਼ ਸੀ, ਸਾਡੇ ਦਰਸ਼ਕਾਂ ਦੀ ਵੀ ਸਿਫਾਰਿਸ਼ ਸੀਗੀ ਥੋੜ੍ਹੀ ਜੀ, ਕੁਦਰਤੀ ਉਦਾਂ ਦਾ ਮੌਕਾ ਬਣ ਗਿਆ ਜੀ, ਹਾਂ ਕੁਦਰਤੀ ਸਵਾਬ ਬਣ ਗਿਆ, ਔਰ ਮੈਂ ਥੋੜ੍ਹੇ ਜਿਹਾ ਵਿਸ਼ਾ ਜਿਵੇਂ ਹੋਰ ਰੱਖਣ ਲੱਗਾ ਸੀ। ਚਲੋ ਖੈਰ, ਮਿਹਰਬਾਨੀ ਬਹੁਤ ਤੁਹਾਡੀ। ਬਾਕੀ ਬਾਕੀ ਤੁਸੀਂ ਪ੍ਰਧਾਨ ਜੀ ਕਹਿ ਕੇ ਇੱਕ ਵਾਰੀ ਚੋੜਾ ਜਿਹਾ ਕਰਤਾ ਮੈਨੂੰ, ਦੱਸੋ ਤੇ ਜੇ ਹੁਣ ਦੇਖੋ ਆਮ ਬੰਦੇ ਦਾ ਆਪਣੇ ਤੁਹਾਡੇ ਮੇਰੇ ਵਰਗੇ ਦਾ ਇਹ ਹਾਲ ਹੈ, ਕਹਿਣ ਤੇ ਹੀ ਖੂਨ ਵੱਜ ਜਾਂਦਾ, ਤੇ ਫਿਰ ਜੇ ਜਿਹੜਾ ਬਣ ਜਾਂਦਾ ਬਈ ਉਹਦਾ, ਤਾਂ ਫਿਰ ਦੇਖੋ ਕੀ ਹੁੰਦਾ ਹੋਊਗਾ, ਉਹ ਤਾਂ ਫਿਰ ਨਸ਼ਾ ਹੀ ਹੋ ਰਿਹਾ, ਉਹ ਨਸ਼ਾ ਹੀ ਹੋ ਰਿਹਾ ਫਿਰ। ਚਲੋ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਔਰ ਗੱਲਬਾਤ ਜਿਹੜੀ ਹੈ ਬਾਕੀ ਹੁਣ ਤੁਸੀਂ ਸਾਂਭਣੀ ਹੈ ਸਾਰੀ, ਹੁਣ ਗੇਂਦ ਜਿਹੜੀ ਹੈ ਤੁਹਾਡੇ ਪਾਲੇ ਦੇ ਵਿੱਚ ਹੈ ਕਿ ਤੁਹਾਡੇ ਕੀ ਵਿਚਾਰ ਨੇ। ਅਸਲ ਦੇ ਵਿੱਚ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਾਰਨ ਅਤੇ ਹੱਲ ਲੱਭੀਏ। ਕਈ ਵਾਰੀ ਸਾਨੂੰ ਕਾਰਨ ਅਤੇ ਹੱਲ ਲੱਭ ਜਾਂਦੇ ਨੇ ਅਤੇ ਕਈ ਵਾਰੀ ਉਹ ਰਾਹ ਦੇ ਵਿੱਚ ਟੰਗੇ ਰਹਿ ਜਾਂਦੇ ਨੇ। ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਲੈ ਕੇ, ਅਤੇ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਹੈ ਤੁਹਾਡੇ, ਕੀ ਕਹਿਣਾ ਚਾਹੁੰਦੇ ਹੋ ਅਤੇ ਕੀ ਇਹਦਾ ਹੱਲ ਤੁਹਾਡੇ ਹਿਸਾਬ ਨਾਲ ਹੋ ਸਕਦਾ? ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ? ਕਿਰਪਾ ਜੀ, ਕਿਰਪਾ ਸਰ, ਕੌਣ ਬੋਲਦੇ?
ਮੈਂ ਕਮਲਜੀਤ ਬੋਲਦਾ ਰਿਵਰ ਸਾਈਡ ਤੋਂ। ਜੀ, ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਭਾਅ ਜੀ? ਆਪਾਂ ਮਤਲਬ ਚਲੋ ਮੈਂ ਵੀ ਇੱਕ ਚਿੰਤਤ ਦੇ ਤੌਰ ਤੇ ਹੀ ਗੱਲਬਾਤ ਕਰ ਰਿਹਾ ਕਿ ਪੈਸੇ ਸੂਝ ਨਹੀਂ ਮੈਨੂੰ। ਨਹੀਂ ਇਹ ਜਿਹੜਾ ਇਹ ਜਿਹੜੀ ਆ ਮੈਂ ਕਵਿਤਾ ਸੁਣੀ ਹੈ ਹੋਟੀ ਸਾਹਿਬ ਦੀ, ਜੀ ਇਹ ਬਹੁਤ ਹੀ ਮਤਲਬ ਢੁਕਦੀ ਹੈ ਇਸ ਮਾਮਲੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਨਾ, ਜੀ ਜਿਹੜਾ ਆਮ ਬੰਦਿਆਂ ਨੇ ਗੰਦ ਪਾਇਆ ਨਾ, ਕਾਰਨ ਇਹਦਾ ਕੀ ਸਾਹਮਣਾ ਹੈ? ਪ੍ਰਧਾਨ ਸਿਰਫ ਚੌਧਰ ਦਾ ਰੌਲਾ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ? ਜਿੱਥੋਂ ਤੱਕ ਤੇ ਸਾਡੇ ਗੁਰਦੁਆਰੇ ਤੋਂ ਨਾ ਰਿਵਰ ਸਾਈਡ ਤੋਂ ਜਾਂ ਇੱਥੋਂ ਤੋਂ ਮੈਂ ਇਹ ਸੋਚਦਾ ਇਹ ਤਾਂ ਚੌਧਰ ਦਾ ਹੀ ਆ। ਸਾਡੇ ਤੋਂ ਸ਼ੁਰੂ ਤੋਂ ਮੈਂ ਇਨਵਾਲਵ ਰਿਹਾ 30 ਸਾਲ ਤੋਂ। ਅੱਛਾ ਜੀ। ਤੇ ਮੈਂ ਇੱਥੇ ਟ੍ਰੇਨਰ ਰਿਹਾ ਤੇ ਮਤਲਬ ਸਾਰੇ ਅਹੁਦਿਆਂ ਦੇ ਉੱਤੇ ਕੰਮ ਕੀਤਾ ਤੇ ਫਿਰ ਇੱਥੇ ਮਤਲਬ ਸਰ ਇਹਦਾ ਹੱਲ ਵੀ ਤੁਸੀਂ ਜ਼ਰੂਰ ਕੋਈ ਨਾ ਕੋਈ ਮਾਇੰਡ 'ਚ ਆਉਂਦਾ ਹੋਏਗਾ ਵੀ ਇਹ ਹੱਲ ਹੋਣਾ ਚਾਹੀਦਾ, ਅਗਰ ਅਸੀਂ ਇੱਦਾਂ ਕਰ ਲਈਏ ਤਾਂ ਠੀਕ ਰਹੇਗਾ। ਸਾਰੇ ਅਸੀਂ ਇੱਕ ਗੁਰੂ ਘਰ ਦੀ ਗੱਲ ਨਹੀਂ ਕਰਦੇ, ਅਸੀਂ ਅਮਰੀਕਾ ਦੇ ਗੁਰੂ ਘਰਾਂ ਦੀ ਗੱਲ ਨਹੀਂ ਕਰਦੇ, ਅਸੀਂ ਪੂਰੀ ਦੁਨੀਆ ਦੇ ਵਿੱਚ ਗੁਰੂ ਘਰਾਂ ਦੀ ਗੱਲ ਕਰਦੇ। ਕੀ ਤੁਹਾਨੂੰ ਲੱਗਦਾ? ਇਹ ਹੱਲ ਤੇ ਤਾਂ ਇਹੋ ਹੀ ਮਤਲਬ ਇਹ ਜਿਹੜੀ ਚੌਧਰ ਪੁਣਾ ਨਾ ਇਹ ਸਾਡੇ ਖੂਨ ਦੇ ਵਿੱਚ ਆ। ਅੱਛਾ, ਖੂਨ 'ਚ ਹੀ ਹੈ। ਤੁਸੀਂ ਵੇਖ ਲਓ ਪਿੰਡ ਵਿੱਚ ਵੀ ਸਰਪੰਚਾਂ ਤੋਂ ਲੰਬੜਦਾਰੀ ਤੋਂ ਕਿੱਥੋਂ ਕਿੱਥੋਂ ਤੱਕ ਆਪੋ ਚੋਂ ਦੀ ਡਾਂਗੋ ਡਾਂਗੀ ਹੁੰਦੇ ਫਿਰਦੇ ਆ, ਕੰਮ ਵਿੱਚ ਕੁਝ ਵੀ ਨਹੀਂ ਹੈ। ਇਹ ਹੁਣ ਹੀ ਵਧੀਆ, ਪਹਿਲੇ ਸਮਿਆਂ ਦੇ ਵਿੱਚ ਅਗਰ ਅਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਸੀਗੀਆਂ, ਪਿੰਡਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਸੀ ਸਰਪੰਚੀ ਦੀਆਂ, ਸਰਪੰਚਾਂ ਦੇ ਵਿੱਚ ਨਾ ਕੋਈ ਪੋਲੀਟੀਕਲ ਪਾਰਟੀ। ਇਹ ਜਦੋਂ ਦੀ ਕਿਸੇ ਵੀ ਚੀਜ਼ ਦੇ ਵਿੱਚ ਪੋਲੀਟੀਕਲ ਪਾਰਟੀ ਇਨਵੋਲਵ ਹੋਈ ਹੈ ਕੋਈ ਵੀ, ਚਾਹੇ ਉਹ ਧਰਮ ਹੈ ਚਾਹੇ ਉਹ ਸਰਪੰਚੀ ਹੈ ਚਾਹੇ ਉਹ ਖੇਡਾਂ, ਤਾਂ ਉੱਥੇ ਇਹ ਪੰਗੇ ਪੈ ਹੀ ਪਏ ਨੇ। ਅਤੇ ਮੈਨੂੰ ਇਹਨਾਂ ਮੁਲਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਲੱਗਦੀ ਹੈ। ਦੇਖੋ ਜੱਗੀ ਸਾਹਿਬ, ਪਹਿਲਾਂ ਨਾ ਪਿੰਡਾਂ ਦੇ ਵਿੱਚ ਸਰਪੰਚੀ ਦੇ ਵਿੱਚ ਕੋਈ ਫਾਇਦਾ ਨਹੀਂ ਸੀਗਾ। ਅੱਛਾ ਅੱਛਾ। ਉਹਦੇ ਵਿੱਚ ਪੱਠੇ ਜਦੋਂ ਇਲੈਕਸ਼ਨ ਆਉਂਦੀ ਸੀ ਤੇ ਮਜ਼ਬੀਆਂ ਨੂੰ ਦੇ ਕੇ ਨਾ ਪੈਸੇ ਤੇ ਪੱਠੇ ਬਣਾਉਂਦੇ ਸੀ ਤੇ ਲੱਡੂ ਵੰਡਦੇ ਸੀ ਬਿਨਾਂ ਮਤਲਬ ਤੋਂ ਉਹਨਾਂ ਨੂੰ ਇਕੱਠਾ ਕਰਨ ਵਾਸਤੇ। ਜੀ ਜੀ। ਅੱਜ ਕੱਲ੍ਹ ਜਿਹੜੀ ਸਰਪੰਚੀ ਆ ਉਹ ਪੈਸੇ ਦੀ ਹੈ, ਇੰਨਾ ਪੈਸਾ ਉਹ ਦੇਣ ਡੇ ਨੇ ਪੋਲੀਟੀਕਲ MLA ਮਨਿਸਟਰ ਵਗੈਰਾ, ਤੇ ਉਹ ਸਰਪੰਚੀ ਅੱਜ ਕੱਲ੍ਹ ਦੀ ਸਰਪੰਚੀ ਜਿਹੜੀ ਉਹ ਬਹੁਤ ਮਜ਼ੇਦਾਰ ਆ। ਪੈਸੇ ਪੈਸੇ ਪੋਲੀਟੀਕਲ ਪਾਰਟੀਆਂ ਸਰ ਉਹ ਪਿੰਡ ਦੇ ਵਿਕਾਸ ਵਾਸਤੇ ਨਹੀਂ ਦਿੰਦੀਆਂ, ਉਹ ਇਸ ਵਾਸਤੇ ਦਿੰਦੀਆਂ ਨਹੀਂ ਕਿ ਤੁਸੀਂ ਲੋਕਾਂ 'ਚ ਵੰਡ ਕੇ ਤੇ ਵੋਟਾਂ ਸਾਨੂੰ ਪਾਉਣੀਆਂ। ਹਾਂ, ਉਹ ਲੋਕਾਂ ਨੂੰ ਮਤਲਬ ਦਿੰਦੇ ਕਿੱਥੇ ਨੇ, ਉਹ ਬਸ ਅੱਧ ਪਚਾਸ ਤੇ ਆਪਣੀ ਜੇਬ 'ਚ ਪਾਉਂਦੇ, ਕੋਈ ਦੇ ਕੇ ਤੇ ਵੋਟਾਂ ਪਵਾਤੀਆਂ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਭਾਅ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘੱਟ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ? ਹਾਂਜੀ, ਮੈਂ ਸ਼ੇਰਗਿੱਲ ਬੋਲਦਾ। ਹਾਂਜੀ ਹਾਂਜੀ, ਸ਼ੇਰਗਿੱਲ ਸਾਹਿਬ ਕੀ ਵਿਚਾਰ ਨੇ ਤੁਹਾਡੇ? ਵਿਚਾਰ ਤੁਹਾਡੇ ਸੁਣ ਲਏ ਹੈ। ਮੈਂ ਤਾਂ ਜੱਗੀ ਜੀ ਇਹ ਕਹੂੰਗਾ ਜੀ ਵੀ ਜਿਹੜੀ ਜਿਹੜੀਆਂ ਗੁਰੂ ਘਰਾਂ 'ਚ ਅੱਜ ਚੱਲ ਰਹੀਆਂ ਨਾ, ਹਾਂਜੀ, ਵੈਸੇ ਕਾਰਨ ਇਹਦਾ ਇੱਕ ਹੈਗਾ, ਜੇ ਤੁਸੀਂ ਕਾਰਨ ਪੁੱਛਿਆ, ਇੱਕ ਤਾਂ ਹੈਗਾ ਮਾਈਕ ਦੀ ਡਾਇਰੈਕਸ਼ਨ। ਅੱਛਾ। ਤੇ ਦੂਜਾ ਹੈਗਾ ਪ੍ਰਧਾਨ ਜੀ ਜਾਂ ਚੇਅਰਮੈਨੀ ਦਾ ਰੌਲਾ ਜੀ। ਤੇ ਜੇ ਇਹਦਾ ਹੱਲ ਕਰਾਉਣਾ ਨਾ, ਮੇਰੇ ਮੁਤਾਬਕ ਜੀ ਵੀ ਜੇ ਤਾਂ ਇਹਦਾ ਜਿਹੜੇ ਇਹਦੇ ਕਾਰਨ ਹੈ, ਇਹਨਾਂ 'ਚ ਉਬਾਲਾ ਉੱਠਦਾ, ਕੀੜਾ ਉੱਠਦਾ ਜੀ ਜੀ ਜੀ, ਵੀ ਅਸੀਂ ਕਿਵੇਂ ਪ੍ਰਧਾਨਗੀ ਕਰਨੀ ਜਾਂ ਚੌਧਰ ਕਰਨਾ, ਸੇਵਾ ਦੀ ਭਾਵਨਾ ਨੀ ਹੈਗੀ ਬਾਹਲੀ ਇਹਨਾਂ 'ਚ, ਬਾਹਲੀ ਜੀ ਥੋੜਿਆਂ 'ਚ ਹੀ ਹੈ ਜੀ, ਬਿਲਕੁਲ ਥੋੜਿਆਂ 'ਚ ਹੈ, ਕੁਛ ਇੱਕ 'ਚ ਹੈ। ਇਹਨਾਂ ਨੂੰ ਨਾ ਇੱਥੋਂ ਦੇ ਇਉਂ ਕਰ ਦੇਣ, ਜਿਵੇਂ ਇੰਡੀਆ 'ਚ ਨੀ ਇਹਨਾਂ ਨੂੰ ਪੱਤੀਆਂ ਵੰਡ ਦੇਣ ਜਾਂ ਅਗਵਾੜ ਵੰਡ ਦੇਣ, ਤੂੰ ਇੱਥੋਂ ਪੈਂਚੀ ਜਾਂ ਸਰਪੈਂਚੀ ਕੱਢ ਦੇ, ਇਹਨਾਂ ਦਾ ਕੀੜਾ ਨਿਕਲ ਜਾਵੇ। ਜਿਹੜਾ ਸ਼ੇਰਗਿੱਲ ਸਾਹਿਬ, ਵੋਟਾਂ ਦਾ ਰੌਲਾ ਹੈ, ਵੋਟਾਂ ਦਾ ਕਿਉਂ ਹੈ ਗੁਰੂ ਘਰਾਂ ਦੇ ਵਿੱਚ? ਵੋਟਾਂ ਗੁਰੂ ਘਰਾਂ ਦੇ ਵਿੱਚ ਕਿਉਂ ਆ ਗਈਆਂ? ਵੋਟਾਂ ਦਾ ਸਿਸਟਮ ਕਿਉਂ ਗੁਰੂ ਘਰਾਂ ਦੇ ਵਿੱਚ ਹਾਜ਼ਰ ਹੋਇਆ ਤੇ ਕਿਵੇਂ ਨਿਕਲ ਸਕਦਾ ਹੈ? ਇਹਦਾ ਇੱਕੋ ਹੀ ਮਸਲਾ ਜੀ, ਇਹ ਜਿਹੜੇ ਵੋਟਾਂ, ਇਹ ਸਾਡੀ ਸਾਡੀ ਜਿਹੜੀ ਸੋਚ ਉੱਥੋਂ ਲੈ ਕੇ ਆਏ ਆ ਨਾ, ਅਸੀਂ ਨੱਕ ਪੰਡ ਬੰਨ ਲਿਆਏ ਆ, ਉਹਦਾ ਕਾਰਨ ਹੀ ਹੈ। ਜੇ ਇੱਥੋਂ ਵਾਲੇ ਬੱਚਿਆਂ ਨੂੰ, ਇੱਥੋਂ ਵਾਲੇ ਪੜ੍ਹੇ ਲਿਖਿਆਂ ਨੂੰ ਜੀ ਇਹ ਤਾਂ ਮੈਨੇਜਮੈਂਟ ਦਿੱਤੀ ਜਾਵੇ, ਤੇ ਦੂਜਾ ਜਿਵੇਂ ਆਪਣੇ ਇਹਨਾਂ ਜਿਹੜੇ ਪ੍ਰਚਾਰਕ ਹੈ, ਇੱਥੋਂ ਵਾਲੇ ਬੱਚਿਆਂ ਦੇ ਹਿਸਾਬ ਦੇ ਨਾਲ ਪੈਦਾ ਕੀਤੇ ਜਾਣ, ਇਹਨਾਂ ਦੇ ਹਾਣੀ ਪੈਦਾ ਕੀਤੇ ਜਾਣ, ਇਹ ਕੱਚ ਘਰੜ ਜਾ ਹਟ ਜਾਵੇ ਤੇ ਇਹ ਵੋਟਾਂ ਆਪੇ ਹੀ ਹਟ ਜਾਂਦੀਆਂ। ਜੇ ਇੱਥੋਂ ਵਾਲੇ ਜਿਹੜੇ ਜੰਮੇ ਪਲੇ ਆ ਤੇ ਪ੍ਰਚਾਰਕ ਹੋ ਜਾਣ ਤੇ ਪ੍ਰਬੰਧ ਉਹਨਾਂ ਦੇ ਹੱਥ 'ਚ ਹੋ ਜਾਏ, ਘੱਟੋ ਘੱਟ ਉਹਨਾਂ 'ਚ ਇਮਾਨਦਾਰੀ ਰਹਿ ਗਈ ਆ, ਬਾਈ ਜੀ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ, ਇੱਥੋਂ ਵਾਲੇ ਜਿਹੜੇ ਬੱਚੇ ਆ ਉਹਨਾਂ 'ਚ ਇਮਾਨਦਾਰੀ ਵਾਲੀ ਆ ਦਾ ਕੰਸੈਪਟ ਹੈਗਾ ਪੂਰਾ ਜੀ। ਅਸੀਂ ਅਗਰ ਅਸੀਂ ਇਹਨਾਂ ਚਰ ਨਹੀਂ ਹਟਣਾ, ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਗੁਰੂ ਘਰਾਂ ਦੇ ਨਾਲ ਜੋੜ ਨਹੀਂ ਰਹੇ ਬਲਕਿ ਤੋੜ ਰਹੇ ਹਾਂ ਮੇਰੇ ਹਿਸਾਬ ਨਾਲ। ਹਾਂਜੀ, ਤੋੜ ਜਿੰਨਾ ਚਿਰ, ਜੇ ਬਾਈ ਜੀ ਤੁਸੀਂ ਜਿਵੇਂ ਗੱਲ ਕਰਦੇ ਹੋ ਨਾ ਵੀ ਗੁਰੂ ਘਰ ਵੀ ਜਾਣੋ ਹਟ ਜਾਣਗੇ, ਜੇ ਇਹਨਾਂ ਨੇ ਆਹ ਜਿਹੜਾ ਮਿਥਿਹਾਸਕ ਜਿਹਨੂੰ ਮੈਂ ਕਹਿੰਦੇ, ਤੁਸੀਂ ਬਾਈ ਜੀ ਚੰਗੀ ਤਰ੍ਹਾਂ ਸਮਝਦੇ ਹੋ, ਮਥਿਆਰੋ ਜੀ ਜਿੰਨਾ ਚਿਰ ਬੋਲਣੋਂ ਨਹੀਂ ਹਟਣਗੇ,
ਮਥਿਆਰੋ ਜੀ ਜੀ ਪਿਛਲਾ ਜਨਮ ਉੱਥੋਂ ਉੱਡ ਕੇ ਚਲੇ ਗਏ, ਐਂ ਕਰਤਾ। ਉਹ ਇਹ ਬੱਚੇ ਬਾਈ ਜੀ ਜਿਹੜੇ ਭਾਵੇਂ ਇੱਥੋਂ ਦੇ ਜੰਮਪਲ ਆ, ਭਾਵੇਂ ਉਹਨਾਂ ਦਾ ਅੰਮ੍ਰਿਤ ਵੀ ਛਕਿਆ, ਭਾਵੇਂ ਉਹ ਗੁਰੂ ਪੂਰੇ ਲਵਾ ਚ ਹੈ, ਪਰ ਜਦੋਂ ਇਹ ਇਹੋ ਜਿਹੀਆਂ ਮਿਥਿਹਾਸਕ ਗੱਲਾਂ ਕਰਦੇ ਨੇ ਸਾਡੇ ਪ੍ਰਚਾਰਕ ਜਾਂ ਇਹਨਾਂ ਦੇ ਆਉਂਦੇ ਹੋਏ ਜਿਹੜੇ ਚੌਧਰੀ ਹੈ ਜਾਂ ਸਟੇਜਾਂ ਤੋਂ ਇਹਨਾਂ ਨਾਂ ਦਾ ਬੋਲਣਾ ਆਉਂਦਾ, ਤੇ ਉਹ ਫਿਰ ਮਨਾਂ ਚ ਹੱਸਦੇ ਹੈ ਵੀ ਇਹ ਹੌਲੀ ਹੌਲੀ। ਮੇਰੇ ਖਿਆਲ ਜਿਵੇਂ ਤੁਸੀਂ ਕਹਿੰਦੇ ਪੰਜਾਬ ਚ ਵੀ ਇਹ ਗੁਰੂ ਘਰਾਂ ਚ ਗੱਲ ਆ ਵੀ ਉੱਥੇ ਪੰਜਾਬ ਦੇ ਹਾਲਾਤ ਖਰਾਬ ਆ, ਉੱਥੋਂ ਦੀ ਜੀ ਪਲਿਊਟ ਆ, ਹਵਾ ਨੀ ਸਾਫ਼, ਉੱਥੇ ਕੋਈ ਰੱਖਿਆ ਮਤਲਬ ਹੈਗੀ ਨੀ, ਸਿਸਟਮ ਨਹੀਂ ਹੈ। ਤੇ ਆਉਣ ਵਾਲੇ ਘਰਾਂ ਚ ਮਤਲਬ ਆਉਣ ਵਾਲੇ ਦਿਨਾਂ ਚ ਬਈ ਬੱਚਿਆਂ ਨੇ ਇਹ ਸਮਝਣਾ ਵੀ ਸਾਡੇ ਕਿ ਮਾਪੇ ਬਹੁਤ ਸੋਚਣ ਦੀ ਲੋੜ ਹੈ। ਸ਼ੇਰਗਿੱਲ ਸਾਹਿਬ ਬੜੀ ਮਿਹਰਬਾਨੀ, ਬਹੁਤ ਸੋਚਣ ਦੀ ਲੋੜ ਹੈਗੀ ਹੈ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ 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 ਸਰ ਗਿਆਨ ਸਿੰਘ ਜੀ। ਹਾਂਜੀ ਜੀ, ਕੀ ਵਿਚਾਰ ਤੁਹਾਡੇ ਨਾਲ, ਸੁੱਖ ਸਾਂਦ ਹੈ ਕਿ ਹੈ ਕੋਈ ਮਾੜਾ ਮੋਟਾ ਏਦਾਂ ਦਾ? ਨਹੀਂ, ਮੈਂ ਚਲੋ ਆਪਣਾ ਆਪਣੀ ਸੋਚ ਹਰ ਇੱਕ ਦੀ ਹੁੰਦੀ ਆ। ਵੈਸੇ ਜੋ ਮੈਂ ਬੜਿਆਂ ਤੋਂ ਜਾਂ ਮਹਾਂਪੁਰਸ਼ਾਂ ਤੋਂ ਗੱਲ ਸੁਣੀ ਆ ਨਾ, ਜੀ ਇਹ ਤੇ ਜਿਹੜੀਆਂ ਪੰਜ ਚੀਜ਼ਾਂ ਹੈ ਨਾ ਪਰਮਾਤਮਾ ਨੇ ਬੰਦੇ 'ਚ ਵਾੜੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਉਮਰ ਜਿੰਨੀ ਵੱਧਦੀ ਆ, ਉਮਰ ਵਧੀ ਜਾਂਦੀ ਆ, ਇਹ ਮਤਲਬ ਉਮਰ ਘਟੀ ਜਾਂਦੀ ਸਾਡੀ, ਆਪਾਂ ਕਹਿੰਦੇ ਵੱਧ ਗਈ ਆ, ਉਮਰ ਘਟਦੀ ਆ, ਇਹ ਚੀਜ਼ਾਂ ਵਧੀ ਜਾਂਦੀਆਂ। ਹਾਂ, ਸਭ ਪੰਜੇ ਚੀਜ਼ਾਂ ਹੀ, ਪੰਜੇ ਚੀਜ਼ਾਂ ਜੋ ਮੈਂ ਸੁਣੀਆਂ ਮਹਾਂਪੁਰਸ਼ਾਂ, ਪੰਜੇ ਵਧੀ ਜਾਂਦੀਆਂ। ਹੁਣ ਤੁਸੀਂ ਜਿੰਨੇ ਪ੍ਰਧਾਨਾਂ ਦੀ ਗੱਲ ਕੀਤੀ ਆ, ਤੁਸੀਂ ਪ੍ਰਧਾਨ ਜਿੰਨੇ ਦੇਖੇ ਚਿੱਟੀਆਂ ਦਾੜੀਆਂ ਵਾਲੇ ਆ, ਮੁੰਡੇ ਤਾਂ ਮੈਂ ਘੱਟ ਹੀ ਦੇਖੇ ਆ ਵਿੱਚ, ਹੈ ਤੁਸੀਂ ਗੁਰੂ ਘਰਾਂ ਦੇ ਲੈ ਲਓ, ਤੁਸੀਂ ਸਿਆਸਤ 'ਚ ਲੈ ਲਓ, ਹੈ ਜੀ 85% ਤੱਤ ਕੱਢਿਆ ਵੀ ਇਹ ਜਿਹੜੇ ਵੱਡੇ ਹੀ ਹੈਗੇ ਆ, ਹੈ ਨਾ, ਹੈ ਉਹਨਾਂ ਜੱਫੀਆਂ ਪਾਈਆਂ ਪ੍ਰਧਾਨ ਕੀਆਂ ਨੂੰ, ਸਿਆਸਤ 'ਚ ਲੈ ਲਓ, ਗੁਰੂ ਘਰਾਂ 'ਚ ਲੈ ਲਓ, ਹੋਰ ਬਾਕੀ ਰਹਿਣ ਜੀ, ਬਾਕੀ ਰਹਿਣ, ਸਾਨੂੰ ਕੋਈ ਚਿੰਤਾ ਨਹੀਂ। ਕਾਲਜਾਂ ਵਿੱਚ ਵੀ ਆ ਗਈ, ਕਾਲਜਾਂ ਵਿੱਚ ਵੀ ਵਿਦਿਆਰਥੀਆਂ 'ਚ ਵੀ ਇਹ ਚਿੰਤਾ ਦਾ ਵਿਸ਼ਾ ਸੀਗੀ, ਚਲੋ ਆ ਗਈ, ਪਰ ਘੱਟੋ ਘੱਟ ਗੁਰੂ ਘਰ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਰੱਖਣਾ ਚਾਹੀਦਾ। ਉਹ ਕਿਵੇਂ ਰੱਖ ਸਕਦੇ ਪ੍ਰਧਾਨਗੀਆਂ ਤੋਂ? ਆਪਣੇ ਜੱਗੀ ਸਾਹਿਬ, ਇਹ ਜਿਹੜੇ ਗੁਰੂ ਘਰ ਆ, ਇਹ ਜਿਹੜੇ ਜਿਹੜੇ ਪ੍ਰਧਾਨਗੀਆਂ ਕਰਦੇ, ਉਹਨਾਂ ਨੂੰ ਗੁਰੂ ਘਰ ਨਾਲ ਥੋੜਾ ਮਤਲਬ ਹੈ ਕੋਈ, ਉਹਨਾਂ ਤੋਂ ਮਾਇਆ ਦੀਦੀ ਆ। ਜਿਹਨਾਂ ਨੂੰ ਗੁਰੂ ਘਰ ਨਾਲ ਮਤਲਬ ਹੈ, ਉਹ ਤੇ ਇਸ ਕੰਮ 'ਚ ਨੀ ਪੈਂਦੇ। ਸੇਵਾ ਕਰਦੇ ਆ ਹੈਗੇ ਆ, ਠੀਕ ਨਹੀਂ? ਤੇ ਇਹ ਆ ਵੀ ਇਹ ਤਾਂ ਸਾਰੇ ਮਾਇਆ ਦਾ ਚੱਕਰ ਹੀ ਆ। ਜਿੰਨੀ ਮਾਇਆ ਵਧੀ ਜਾਂਦੀ ਗੁਰੂ ਘਰਾਂ 'ਚ, ਓਨੇ ਲੜਾਈਆਂ ਵਧੀ ਜਾਂਦੀਆਂ, ਲਾਲਚ ਵਧੀ ਜਾਂਦੀ। ਹੁਣ ਲੱਖਾਂ ਡਾਲਰ ਤੇ ਅਦਾਲਤਾਂ 'ਚ ਲਾ ਦਿੰਦੇ ਪ੍ਰਧਾਨਗੀ ਲੈਣ ਲਈ, ਦੱਸੋ ਗੁਰੂ ਘਰ ਦੀ ਮਾਇਆ, ਠੀਕ ਨੇ? ਜੱਗੀ ਸਾਹਿਬ, ਮੈਂ ਉਹ ਸਮਾਂ ਦੇਖਿਆ ਆਪਣੀ ਜ਼ਿੰਦਗੀ 'ਚ, ਇੱਕ ਇੱਕ ਨਿੱਕਾ, ਅੱਗੇ ਪਹਿਲਾਂ ਵੱਡੇ ਪੈਸੇ ਹੁੰਦੇ ਸੀ, ਨਵੇਂ ਦੋਣ ਆਏ ਆ 56 ਤੋਂ ਬਾਅਦ, ਪਹਿਲੋਂ ਆਨੇ ਦੁਆਨੇ ਪੈਸੇ ਹੁੰਦੇ ਸੀ, ਇਕੱਲਾ ਇਕੱਲਾ ਪੈਸਾ ਲੋਕੀ ਮੱਥਾ ਟੇਕਦੇ ਸੀ ਗੁਰੂ ਘਰਾਂ 'ਚ, ਗੋਲ ਘਰਾਂ ਹੀ ਸੀਗੀਆਂ, ਗੁਰੂ ਦਰਬਾਰ, ਗੁਰੂ ਘਰ ਦੇ ਮੂਹਰੇ ਮਹਾਰਾਜ ਦੇ ਮੱਥਾ ਟੇਕਣਾ। ਹਾਂ, ਉਹ ਉਸ ਉਦੋਂ ਪ੍ਰਧਾਨਾਂ 'ਚ ਕੀ ਲੱਭਣਾ ਸੀਗਾ, ਤੇ ਉਦੋਂ ਹਰ ਇੱਕ ਨੂੰ ਇਹ ਵੀ ਸੀਗਾ ਵੀ ਲਵੀ ਪ੍ਰਧਾਨਗੀ, ਚਲੋ ਮਿਲ ਵੀ ਗਈ ਤੇ ਸੇਵਾ ਹੀ ਕਰੋ। ਹੁਣ ਤਾਂ ਮਾਇਆ ਦੇ ਢੇਰ ਲੱਗੇ ਆ, ਹੁਣ ਪ੍ਰਧਾਨਗੀਆਂ ਗੁਰੂ ਘਰਾਂ ਦੀ ਸੇਵਾ ਲਈ ਨੀ ਗਿਆ, ਮਾਇਆ ਪਿੱਛੇ ਲੱਗੇ ਆ ਜੱਗੀ ਸਾਹਿਬ। ਹਾਂ, ਜੇ ਹਰ ਚੀਜ਼ ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਾਮ ਵਧੀ ਜਾਂਦਾ, ਕ੍ਰੋਧ ਹਮੇਸ਼ਾ ਛੋਟੇ ਦੇ ਆਊਗਾ, ਲੋਭ ਮਾਇਆ ਦੇ ਕੇ ਆਊਗਾ, ਹੰਕਾਰ ਬੰਦੇ 'ਚ ਰੁਤਬੇ ਦੇ ਆਊਗਾ, ਇਹ ਸਭ ਚੀਜ਼ਾਂ, ਇਹ ਤਾਂ ਵਧੀ ਜਾਂਦੀਆਂ ਦਿਨੋਂ ਦਿਨ ਜੀ। ਮਿਹਰਬਾਨੀ ਵਧੀ ਜਾਂਦੀਆਂ, ਬਹੁਤ ਮਿਹਰਬਾਨੀ ਗਿਆਨ ਸਿੰਘ ਜੀ, ਬਹੁਤ ਮਿਹਰਬਾਨੀ, ਤੁਹਾਡੇ ਵਿਚਾਰ ਵਧੀਆ ਨੇ। ਵੈਸੇ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਕੁੱਲ ਮਿਲਾ ਕੇ ਮੁੱਕ ਦੀ ਗੱਲ ਇਹ ਹੈ ਵੀ ਜਿਹੜੀ ਚੀਜ਼ ਵਾਸਤੇ ਬਣੀ ਹੈ, ਜਿਹੜੀ ਜਗ੍ਹਾ, ਜਿਹੜੇ ਕੰਮ ਵਾਸਤੇ ਬਣੀ ਹੈ, ਅਤੇ ਉਹਨੂੰ ਉਸੇ ਚੀਜ਼ ਦੇ ਵਿੱਚ ਹੀ ਸੀਮਿਤ ਰਹਿਣਾ ਚਾਹੀਦਾ। ਰਾਜਨੀਤੀ ਸੀ ਕਿ ਬਣੀ ਇਸੇ ਕੰਮ ਵਾਸਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢੋ, ਇੱਕ ਦੂਜੇ ਨੂੰ ਬਸ ਤੁਹਮਤਾਂ ਲਾਓ, ਨੀਵਾਂ ਦਿਖਾਓ, ਅਤੇ ਰਾਜਨੀਤੀ ਦਾ ਨਾਮ ਹੀ ਇਹ ਹੈ। ਪਰ ਗੁਰੂ ਘਰ ਦਾ ਇਹ ਨਾਮ ਨਹੀਂ ਹੈ, ਗੁਰੂ ਘਰ ਦਾ ਇਹ ਕੰਮ ਨਹੀਂ ਹੈ। ਗੁਰੂ ਘਰ ਨੂੰ ਜਿਸ ਸ਼ਰਧਾ ਦੇ ਨਾਲ ਸਾਡੇ ਗੁਰੂ ਸਾਹਿਬਾਨਾਂ ਨੇ ਇਹਨੂੰ ਬਣਾਇਆ, ਜਾਂ ਇਸ ਚੀਜ਼ ਸ਼ਰਧਾ ਹੈਗੀ, ਉਹ ਚੀਜ਼ਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਅਤੇ ਲਿਆਉਣੀਆਂ ਪੈਣੀਆਂ, ਸਾਨੂੰ ਹੀ ਕਿਸੇ ਤੀਜੇ ਬੰਦੇ ਨੇ ਨਹੀਂ ਲਿਆਉਣੀਆਂ। ਔਰ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਸੁਧਾਰ ਆਉਣੇ ਸ਼ੁਰੂ ਹੋਏ ਨੇ ਸਾਡੇ ਦੇਖਣ ਦੇ ਵਿੱਚ, ਔਰ ਉਮੀਦ ਹੈ ਵੀ ਆਉਣ ਵਾਲੇ ਦਿਨਾਂ 'ਚ ਬਾਕੀ ਜਿਹੜੇ ਆ ਉਹ ਵੀ ਹੋ ਜਾਣਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਦੱਸ ਪੰਜਾਬੀ ਜੀ। ਹਾਜ਼ਰ ਆ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਲੈ ਕੇ, ਅਤੇ ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ 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 ਜੱਜੀ ਜੀ, ਸਤਿ ਸ਼੍ਰੀ ਅਕਾਲ, ਮੈਂ ਗੁਰਮੇਸ਼ ਸਿੰਘ ਫਰੀਦੋ ਤੋਂ ਬੋਲਦਾ ਜੀ।
ਜੀ ਗੁਰਮੇਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਕੱਲ ਨੂੰ ਆਉਣਾ ਮੈਂ ਉਹਦਾ, ਅੱਜ ਆਉਣਾ ਸੀ, ਕੱਲ ਆਉਣਾ ਇੱਧਰ ਨੂੰ ਹੁਣ। ਅੱਛਾ ਜੀ, ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਮੈਂ ਇਹ ਕਹਿਣਾ ਚਾਹੁੰਦਾ ਵਾ ਵੀ ਅੱਜ ਤੱਕ ਮੈਂ ਟੀਵੀ ਦੇ ਉੱਤੇ ਕਮਰਸ਼ਲ ਸੁਣਦਾ ਆ, ਜਿਹੜੇ ਪ੍ਰਧਾਨ ਬਣਨ ਵਾਲੇ ਆ ਜਾਂ ਜਿਹੜੇ ਪਿਛਲੇ ਬਣੇ ਆ, ਇਹਨਾਂ ਨੇ ਇੱਕੋ ਹੀ ਗੱਲਾਂ ਕੀਤੀਆਂ ਵਾ ਵੀ ਸਾਡੀ ਬਿਲਡਿੰਗ ਅਸੀਂ ਇੰਨੀ ਜ਼ਿਆਦਾ ਵਧਾ ਦਿੱਤੀ ਆ, ਮੇਰੇ ਇੰਨੀ ਹੀ ਹੋਣੀ ਨਹੀਂ ਕਰਦੀ ਆ। ਬਹੁਤ ਵਧੀਆ ਪੁਆਇੰਟ ਹੈ। ਮੈਂ ਵੀ ਇੱਕ ਇੰਟਰਵਿਊ ਕਰਕੇ ਆਇਆ ਸੀ ਜਿਹੜਾ ਪਹਿਲਾਂ ਜਦੋਂ ਅਸੀਂ ਇੰਨਾ ਸੀਗਾ, ਹੁਣ ਇੰਨਾ ਹੋ ਗਿਆ, ਪਹਿਲਾਂ 10 ਏਕੜ ਸੀ ਹੁਣ 20 ਏਕੜ ਕਰ ਦਿੱਤਾ, ਇਸ ਨੇ ਨੂੰ ਪਾਇਓ ਇਹਨੇ ਬਹੁਤ ਕੰਮ ਕੀਤਾ, ਕਿਸੇ ਬੰਦੇ ਨੇ ਇਹ ਗੱਲ ਨਹੀਂ ਕਹੀ ਵੀ ਅਸੀਂ ਇੰਨੇ ਸਿਕੰਦਰ ਪੈਦਾ ਕੀਤੀ ਆ, ਅਸੀਂ ਇੰਡੀਆ ਨੂੰ ਐਜੂਕੇਸ਼ਨ ਦਿੱਤੀ ਆ, ਸਾਡੇ ਮਤਲਬ ਸੰਸਥਾ ਨੇ ਇੰਡੀਆ ਉਹਨਾਂ ਲੋਕਾਂ ਦੀ ਮਦਦ ਕੀਤੀ ਆ ਜਿਹਨਾਂ ਦੀ ਆਪਣੀ ਪਹੁੰਚ ਨਹੀਂ, ਜਿਹੜੇ ਹੀਰੇ ਮਿੱਟੀ ਦੇ ਵਿੱਚ ਗੁਆਚੀ ਆ, ਉਹਨਾਂ ਦੀ ਸ਼ਨਾਖਤ ਕਰਨ ਦੀ ਲੋੜ ਆ, ਨਾ ਕਿ ਇੱਟਾਂ ਦੇ ਨਾਲ ਜ਼ਿਆਦਾ ਪ੍ਰਚਾਰ ਨਹੀਂ ਹੋਇਆ। ਗੁਰਮੇਲ ਸਿੰਘ ਜੀ ਬਹੁਤ ਵਧੀਆ ਗੱਲ। ਗੱਲ ਮੈਂ ਜੱਗੀ ਜੀ ਕਹਿਣਾ ਚਾਹੁੰਦਾ ਵਾ ਵੀ ਸਾਨੂੰ ਹੁਣ ਸਿਪਾਹੀ ਭਰਤੀ ਕਰਨ ਦੀ ਲੋੜ ਨੀ, ਸਾਨੂੰ ਵੱਡੇ ਅਫਸਰ ਬਣਾਉਣ ਦੀ ਲੋੜ ਆ। ਜੇ ਤੁਸੀਂ ਵੇਖੋ ਤੇ ਸੰਸਥਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਹੋਣੀ, ਜਿਹਨਾਂ ਦੇ 700 ਦੇ ਕਰੀਬ ਲੜਕੀਆਂ ਪੁਲਿਸ ਦੇ ਵਿੱਚ ਦਿੱਲੀ ਚੰਡੀਗੜ੍ਹ ਸਾਰੀਆਂ ਦੇ ਵਿੱਚ ਕਰਵਾਈਆਂ, IAS IPS NDA ਦੇ ਵਿੱਚ ਉਹਨਾਂ ਨੇ ਬੱਚੇ ਪੈਦਾ, ਉੱਥੋਂ ਪੜ੍ਹਾ ਕੇ ਲੋਕਾਂ ਦੇ ਦਸਵੰਧ ਦੇ ਪੈਸੇ ਦੇ ਵਿੱਚੋਂ ਖਰਚ ਕਰਕੇ ਉਹ ਕਰਵਾ ਰਹੇ ਆ ਜੀ। ਮੈਂ ਗੁਰਮੇਲ ਸਿੰਘ ਜੀ, ਲੜਾਈਆਂ ਸਿਰਫ ਪ੍ਰਧਾਨਗੀ ਦੀਆਂ ਤੇ ਚੌਧਰ ਦੀਆਂ, ਹੋਰ ਕੁਛ ਨਹੀਂ ਗੁਰਦੁਆਰਿਆਂ ਦੇ ਵਿੱਚੋਂ ਮਿਲਦਾ ਸਵਾਏ ਲੜਾਈ ਦੇ। ਮਿਹਰਬਾਨੀ ਤੁਹਾਡੀ ਜੀ। ਗੁਰਮੇਲ ਸਿੰਘ ਜੀ, ਮੈਂ ਤੁਹਾਡੇ ਨਾਲ ਜਿਹੜੀ ਗੱਲ ਤੁਸੀਂ ਕਹੀ ਆ ਉਹਦੀ ਮੈਂ ਥੋੜ੍ਹੀ ਤਾਇਦ ਕਰਨੀ ਚਾਹੁੰਦਾ। ਮੈਂ ਵੀ ਇੰਟਰਵਿਊ ਕੀਤੀ ਹੈ ਕਦੋਂ ਗਿਆ ਸੀ ਗੁਰੂ ਘਰਾਂ ਦੇ ਵਿੱਚ, ਅਤੇ ਉਹ ਮੈਂ ਇਹ ਕੀਤਾ, ਮੈਂ ਆਹ ਬਿਲਡਿੰਗ ਬਣਾਈ, ਮੈਂ ਪਹਿਲਾਂ 10 ਦੀ 40 ਦੀ ਕੀਤੀ, ਮਤਲਬ ਗੁਰੂ ਮਹਾਰਾਜ ਦਾ ਨਾਮ ਵੀ ਨਹੀਂ ਲੈਂਦੇ ਕਿਤੇ ਵੀ ਪਰਮਾਤਮਾ ਨੇ, ਇੱਕ ਪਰਮਾਤਮਾ ਨੇ ਬਣਾਈਆਂ, ਅਤੇ ਮਤਲਬ ਆਹ ਚੀਜ਼ਾਂ ਨੇ। ਬਹੁਤ ਮਿਹਰਬਾਨੀ ਤੁਹਾਡੀ ਜੀ ਕਾਲ ਕਰਨ ਲਈ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਵੀਰੇ ਜੀ। ਸੁਰਿੰਦਰ ਸਿੰਘ ਜੀ ਕਿੱਧਰ ਰਹਿ ਗਏ ਅੱਜ? ਕੀ ਹਾਲ ਚਾਲ? ਮੈਂ ਬਹੁਤ ਚਿਰ ਦਾ ਲਾਇਆ ਪਰ ਲੱਗਾ ਨਹੀਂ ਫੋਨ, 40 ਮਿੰਟ ਹੋ ਗਏ। ਨਹੀਂ ਨਹੀਂ, ਮੈਂ ਤਾਂ ਲਾਈਨ ਵਾਈਜ਼ ਸ਼ੁਰੂ ਕੀਤੇ, ਵਿੱਚੋਂ ਕਈ ਵੀ ਡਰੋਪ ਹੋ ਜਾਂਦੀ ਕਾਲ ਅਤੇ ਫਿਰ ਦੂਜੀ ਉੱਪਰ ਆ ਜਾਂਦੀ ਆ ਜੀ। ਮੈਂ ਕਿਹਾ ਵੀ ਅੱਜ ਤੁਸੀਂ ਵੀ ਬਹੁਤ ਡੂੰਘੀ ਜਾਣਕਾਰੀ ਰੱਖਦੇ ਹੋ, ਤੁਸੀਂ ਬਹੁਤ ਚਿੰਤਤ ਹੋ, ਤੁਸੀਂ ਵੀ ਹਮੇਸ਼ਾ ਚਿੰਤਾ ਜ਼ਾਹਰ ਕਰਦੇ ਹੋ ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ ਸਾਡੇ ਸਮਾਜ ਦੀ ਜਾਂ ਸਾਡੀ ਕੌਮ ਦੀ, ਔਰ ਇਹ ਇਹਦੇ ਬਾਰੇ ਕੀ ਵਿਚਾਰ ਹੈ? ਇਹਦੇ ਬਾਰੇ ਹੁਣ ਵਿਚਾਰ ਔਖੇ ਹੈ ਜੇ ਕਿ ਜਿਸ ਦੇ ਨਾਮਦੇਵ ਨੂੰ ਧੱਕੇ ਮਾਰ ਕੇ ਕੱਢਿਆ ਨਾ ਬਾਹਮਣਾਂ ਨੇ ਮੰਦਿਰ ਚੋਂ, ਤਾਂ ਉਹ ਪਿੱਛੇ ਬੈਠਾ ਰੱਬ ਨਾਲ ਗੱਲਾਂ ਕਰਨ ਲੱਗਾ, ਕਹਿੰਦਾ ਮੈਨੂੰ ਅੰਦਰ ਨਹੀਂ ਵੜਨ ਦਿੰਦੇ। ਅੱਛਾ, ਉਹ ਕਹਿੰਦਾ ਨਾਮਿਆ ਤੂੰ ਤਾਂ ਕਮਲ ਆਏ ਨੀ, ਅੱਜ ਤੇ ਮੈਨੂੰ ਨੀ ਅੰਦਰ ਵੜਨ ਦਿੱਤਾ, ਤੈਨੂੰ ਕੀ ਕਿੱਥੇ ਦੇਣਾ? ਕਿਆ ਬਾਤ ਹੈ। ਕਹਿੰਦਾ ਨੀ ਅੱਜ ਤੇ ਮੈਨੂੰ ਨੀ ਅੰਦਰ ਵੜਨ ਦਿੱਤਾ, ਤੈਨੂੰ ਵੀ ਨੀ ਕਿੱਥੇ ਵੜਨ ਦੇਣਾ ਭਰਾਵਾ, ਤੂੰ ਭਗਤੀ ਕਰੀ ਆਰਾਮ ਨਾਲ ਚੁੱਪ ਕਰਕੇ। ਸੋ ਇਹ ਜੱਗੀ ਜੀ, ਹਾਂ ਸੰਗਤ ਦੇ ਹੱਥ ਹੈਗਾ, ਇੱਕ ਤਰੀਕਾ ਜ਼ਰੂਰ ਆ ਵੀ ਜੇ ਸੰਗਤ ਗੋਲਕਾਂ ਖਾਲੀ ਕਰ ਦੇਵੇ ਨਾ ਫਿਰ ਇਹਦਾ ਹੱਲ ਹੈਗਾ ਜੀ। ਤੇ ਏਦਾਂ ਵੀ ਨਹੀਂ ਵੀ ਗੁਰਦੁਆਰੇ ਚੜਾਵੇ ਨਹੀਂ ਚੜਾਉਣੇ, ਘਰਾਂ 'ਚ ਗੋਲਕਾਂ ਲਾ ਲਓ, ਜਿੰਨੇ ਤੁਸੀਂ $2, $4, $5 ਪਾਉਣੇ ਉਹ ਗੋਲਕ 'ਚ ਪਾ ਜਾਓ, ਸਾਲ ਬਾਅਦ ਜਾ ਕੇ ਪੁੱਛੋ ਵੀ ਗੁਰਦੁਆਰੇ ਕੀ ਬਣਨ ਵਾਲਾ ਆ, ਕੀ ਬਿੱਲ ਦੇਣ ਵਾਲਾ ਆ, ਕੋਈ ਗੈਸ ਭਰਾਉਣੇ ਹੋ, ਆਪਣੇ ਜਿੰਨੇ ਵੀ ਤੁਸੀਂ 2-4 ਘਰ ਇਕੱਠੇ ਹੋ ਜਾਓ, ਉਹਦੇ ਹਿਸਾਬ ਨਾਲ ਕੰਮ ਕਰਾ ਦਿਓ, ਪੈਸਾ ਇਹਨਾਂ ਦੇ ਹੱਥੋਂ ਖੋਹ ਲਓ ਜੇ ਗੁਰਦੁਆਰੇ ਬਚਾਉਣੇ ਆ, ਨਹੀਂ ਤਾਂ ਇਹੀ ਹਾਲ ਰਹਿਣਾ। ਕਹਿੰਦੇ ਪ੍ਰਧਾਨ ਬਣਾਈਏ ਵਧੀਆ, ਆਪਾਂ ਚੱਲੀ ਮੀਟਿੰਗ ਵਿੱਚ ਗੱਲ ਕੇਰਾਂ, ਆਪੋ ਆਪਣੇ ਲੱਗ ਪੈ ਦੱਸਣ, ਉਹਨਾਂ ਖਿਆਲ ਨੂੰ ਕਿੰਝ ਹੁਣ ਛੇੜਾਂ, ਬਿਨ ਮਾਇਆ ਦੇ ਕੰਮ ਨਹੀਂ ਹੁੰਦੇ, ਕੋਈ ਮਾਇਆ ਧਾਰੀ ਲੱਭ ਲਈਏ, ਇਲੈਕਸ਼ਨ ਹੋਈ ਖਰਚ ਕੇ ਮਾਇਆ ਬਾਕੀ ਦੀਆਂ ਗੱਲਾਂ ਛੱਡ ਦਈਏ, ਦੂਜਾ ਉੱਠ ਕੇ ਬੋਲਿਆ ਕੋਲੋਂ ਕੇਸਾਂ ਬਿਨ ਹੁਣ ਗੱਲ ਨਹੀਂ ਬਣਨੀ, ਆਪਾਂ ਸੰਗਤ ਨਾਲ ਵਾਅਦੇ ਹਨ ਕੀਤੇ, ਕੇਸਾਂ ਦੀ ਇੱਜ਼ਤ ਹੈ ਕਰਨੀ, ਬਣਾ ਲਓ ਜਿਸ ਨੂੰ ਤੁਹਾਡੀ ਮਰਜ਼ੀ, ਦਾਨਾ ਹੈ ਕੁੱਟ ਖੜਿਆ, ਅੰਗਰੇਜ਼ੀ ਬੋਲਣੀ ਬਹੁਤ ਜ਼ਰੂਰੀ, ਕੋਈ ਹੋਵੇ ਲਿਖਿਆ ਪੜ੍ਹਿਆ, ਪ੍ਰਧਾਨ ਚਾਹੀਦਾ ਬਣਨਾ ਸਾਡਾ, ਜਾਂ ਫਿਰ ਵੋਟਾਂ ਪਾ ਚੁਣ ਲਈਏ, ਪਿਆਰ ਸਫਾਕ ਨਹੀਂ ਰਹਿਣਾ, ਏਕਾ ਸਿਆਣੀ ਗੱਲ ਹੁਣ ਕਰ ਲਈਏ, ਬੰਨ ਸੰਬੰਨੇ ਆਈਏ IDA, ਪਰ ਪ੍ਰਧਾਨ ਗਿਆ ਨਾ ਚੁਣਿਆ, ਉਲ ਚ ਗੇਂਜ ਤਾਣੀ ਸਾਰੀ, ਫਿਰ ਤਾਣਾ ਜਾਵੇ ਕਿ ਬੁਣਿਆ, ਕੁਸਰ ਮੁਸਫਰ ਆਪਾ ਧਾਪੀ ਲੱਗੀ ਗੱਲ ਨਾ ਕਿਧਰੇ ਪਾਸੇ, 15 ਅਕਤੂਬਰ ਦੀ ਰੱਖ ਮੀਟਿੰਗ ਚੱਲ ਗਏ ਘਰ ਨੂੰ ਸਭ ਨਰਾਸੇ, ਨਗਰ ਕੀਰਤ ਫਿਰ ਨਵਾਂ ਸਾਲ 350 ਆਇਆ, ਮੀਟਿੰਗ ਹੋਈ ਨਾ ਚੁਣੀ ਕਮੇਟੀ ਅਫਸਰਾਂ, ਸੋਹਣਾ ਵਕਤ ਟਪਾਇਆ, ਅਕਤੂਬਰ ਤੋਂ ਲੈ ਕੇ ਮਾਰਚ ਲੰਘਿਆ ਪਟਿਆਲੇ ਮਾੜਾ ਚੰਗਾ ਸੁਣਿਆ, ਲੰਘ ਜਾਣਾ ਅਪ੍ਰੈਲ ਵੀ ਸੱਜਣੋ, ਜੇ 8 ਨੂੰ ਪ੍ਰਧਾਨ ਨਾ ਚੁਣਿਆ, ਜੇ 8 ਨੂੰ ਪ੍ਰਧਾਨ ਨਾ ਚੁਣਿਆ, ਆ ਸਾਡੇ ਇੱਕ ਗੁਰਦੁਆਰਾ ਸੈਨ ਹੋ ਜਿਹੜਾ ਬਚਿਆ ਸੀ ਉੱਥੇ ਵੀ ਹੁਣ ਡਾਂਗ ਖੜਕਦੀ ਆ, ਜੋ ਵੀ ਕੋਰਟ ਏਰੀਆ 'ਚ ਗਿਆ ਆ, ਅੱਗੇ ਫ੍ਰੀ ਮੌਣ ਦਾ 15-18 ਲੱਖ ਰੁਪਈਆ ਕੋਰਟਾਂ 'ਚ ਲੱਗ ਹਟਿਆ ਅੱਗੇ ਜੀ। ਚਲੋ ਪਰਮਾਤਮਾ, ਬਹੁਤ ਮਿਹਰਬਾਨੀ ਤੁਹਾਡੀ, ਪਰਮਾਤਮਾ ਸਮਰਥ ਬਖਸ਼ੇ ਜੀ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੇ, ਤਾਂ ਬੜੀ ਚੰਗੀ ਗੱਲ ਆ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਟਾਈਮ ਬਚਿਆ ਤਾਂ ਤੁਹਾਡੀਆਂ ਕਾਲਾਂ ਜ਼ਰੂਰ ਲਵਾਂਗੇ, ਦੇਖਦੇ ਰਹੋ ਜਸਪੀ ਜੱਗੀ।
ਜੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਖਤਮ ਕਰਨ ਦਾ ਤਕਰੀਬਨ ਸਮਾਂ, ਇੱਕ ਅੱਧੀ ਕਾਲ ਲੈ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਜੀਤ ਸਿੰਘ ਜੀ, ਕੀ ਵਿਚਾਰ ਨੇ, ਆਖਰੀ ਕਾਲ ਹੋਏਗੀ ਤੁਹਾਡੀ ਜੀ। ਹਾਂਜੀ, ਬਸ 98 ਚਾਹੀਏ ਮੈਨੂੰ, ਅਸੀਂ 98 ਚ ਨਿਊਯਾਰਕ ਤੋਂ। ਹਾਂਜੀ ਨਿਊਯਾਰਕ ਤੋਂ ਹੋਏ 98 ਚ। ਅੱਛਾ ਜੀ, ਤੇ ਉੱਥੇ ਗੁਰਦੁਆਰਾ ਸਾਹਿਬ ਸੀ ਸੀਗਾ, ਤੇ ਅਸੀਂ ਫਿਰ 99 ਚ ਪਲਾਨ ਬਣਾਇਆ ਇੱਕ ਪ੍ਰਾਈਵੇਟ ਘਰ ਲੈ ਕੇ, ਚਲੋ ਵੀ ਸ਼ੁਰੂ ਕੀਤਾ ਜੀ। ਜੀ ਉਦੋਂ ਪਹਿਲਾਂ 5-7 ਫੈਮਲੀਆਂ ਹੁੰਦੀਆਂ ਸੀਗੀਆਂ, ਤੇ ਹੌਲੀ ਹੌਲੀ 20-25-50 ਫੈਮਲੀਆਂ 5-7 ਸਾਲ ਤੱਕ ਪਹੁੰਚ ਗਈਆਂ ਜੀ। ਬਜਟ ਕੋਈ ਨਹੀਂ ਸੀਗਾ ਪਹਿਲਾਂ, ਬਸ ਪੱਲਿਓਂ ਜਿੱਦਾਂ 1000-1200-1500 ਪੈ ਜਾਂਦਾ ਸੀ ਜੀ। 1000 ਤਾਂ ਮੈਂ ਪੱਕਾ ਚੈੱਕ ਰੱਖਿਆ ਸੀ ਵੀ ਦੇਣਾ ਦੇਣਾ। ਅੱਛਾ ਅੱਛਾ, ਚਲੋ ਆਪਾਂ ਸ਼ੋਰਟ ਦੇ ਵਿੱਚ ਗੱਲ ਕਰਨੀ ਪੈਣੀ ਮਨਜੀਤ ਸਿੰਘ ਜੀ। ਸਮਾਂ ਸ਼ੋਰਟ ਜੇ ਇਹੀ ਆ ਬਸ, ਜਦੋਂ ਨਾ ਉਹ 4-5 ਹਜ਼ਾਰ ਦਾ ਬੈਂਕ ਚ ਡਿਪੋਜ਼ਿਟ ਹੋਇਆ, ਉਹਦੇ ਰੌਲਾ ਪਾ ਲਿਆ ਜੀ, ਮਿੱਟੀ ਬਣਾਓ ਯਾਰ 5 ਸਾਲ ਬਾਅਦ। ਬਸ ਠੀਕ ਹੈ ਠੀਕ ਹੈ, ਚਲੋ ਮੁੱਕ ਦੀ ਗੱਲ ਜੀ, ਲੱਭ ਗਿਆ ਰਿਜ਼ਲਟ ਤੁਹਾਡੀ ਜੀ ਗੱਲ ਤੋਂ ਪਤਾ ਲੱਗ ਗਿਆ, ਅਤੇ ਬਹੁਤ ਮਿਹਰਬਾਨੀ ਕਾਲ ਕਰਨ ਲਈ, ਬਹੁਤ ਮਿਹਰਬਾਨੀ ਜੀ। ਵਾਕਈ ਮੁੱਕ ਦੀ ਗੱਲ ਤਾਂ ਉੱਥੇ 100 ਹੱਥ ਰਸਾ ਸਿਰੇ 'ਤੇ ਗੰਢ, ਇਹ ਹੋਇਆ ਅੱਜ ਵੀ ਮੁੱਕ ਦੀ ਗੱਲ ਤਾਂ ਪੈਸੇ ਧੇਲੇ ਦੀ ਅਤੇ ਚੌਧਰ ਦੀ ਹੈਗੀ ਆ। ਵੈਸੇ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਵਰਤਦੇ ਹੋਣਗੇ ਪੈਸੇ, ਐਂ ਕਹਿੰਦੇ ਨਹੀਂ, ਜਿਵੇਂ ਨਿੱਘ ਵੈਸੇ ਹੀ ਪੈਸੇ ਦਾ ਨਿੱਘ ਬਹੁਤ ਹੁੰਦਾ, ਚਾਹੇ ਆਪਣੇ ਹੋਣ ਚਾਹੇ ਨਾ ਹੋਣ, ਪਏ ਜਿਹਦੇ ਸਾਹਮਣੇ ਉਹਦਾ ਵੈਸੇ ਹੀ ਨਿੱਘ ਬਹੁਤ ਹੁੰਦਾ ਕਹਿੰਦੇ। ਸੋ ਗੁਰੂ ਘਰਾਂ ਦੇ ਵਿੱਚੋਂ ਮੇਰੇ ਹਿਸਾਬ ਦੇ ਨਾਲ ਹੱਥ ਬੰਨ ਕੇ ਬੇਨਤੀ ਹੈ ਵੀ ਆਹ ਚੀਜ਼ ਖਤਮ ਹੋਣੀ ਚਾਹੀਦੀ ਹੈ, ਜਿਵੇਂ ਲੁਬਾਣੇ ਆ ਅਤੇ ਜੱਟਾਂ ਦਾ ਅਤੇ ਆ ਸੈਣੀਆਂ ਦਾ ਅਤੇ ਆ ਉਹਨਾਂ ਦਾ, ਇਹ ਚੀਜ਼ ਗੁਰਦੁਆਰਾ ਗੁਰਦੁਆਰਾ ਹੋਣਾ ਚਾਹੀਦਾ। ਇਹ ਚੀਜ਼ ਮੇਰੀ ਆਪਣੀ ਦਿਲੀ ਜਿਹੜੀ ਤਮੰਨਾ ਦੇ ਲਈ ਇੱਛਾ ਇਹ ਹੈਗੀ ਹੈ। ਗੁਰਦੁਆਰਿਆਂ ਦਾ ਤਾਂ ਇਹ ਹਾਲ ਹੈ, ਅਸੀਂ ਨਿਊਯਾਰਕ ਦੀ ਗੱਲ ਕਰ ਲਈਏ, ਨਿਊਯਾਰਕ ਦਾ ਹੀ ਅੱਜ ਮੁੱਦਾ ਸੀਗਾ ਕਿ ਜੀ ਇਹ ਗੁਰਦੁਆਰਾ ਸਾਹਿਬ ਕੋਈ ਆਇਆ ਘੁਮਾਉਣ ਲੱਗਾ ਹੈ ਉਹਨੂੰ, ਤਾਂ ਉਹ ਕਹਿੰਦੇ ਜੀ ਆਹ ਜੀ ਇਹ ਲੁਬਾਣੇ ਦਾ ਗੁਰਦੁਆਰਾ ਜੀ, ਇਹ ਸਿੱਖ ਕਲਚਰ ਸਟੱਡੀ, ਇਹ ਸੰਤ ਪ੍ਰੇਮ ਸਿੰਘ ਮਰਾਲਿਆਂ ਦਾ, ਇਹ ਫਲਾਨਾ ਜੀ, ਇਹ ਫਲਾਨਾ ਦਾ, ਇੱਕ ਗੁਰਦੁਆਰਾ ਕੋਈ ਨਵਾਂ ਬਣੇ ਉੱਥੇ ਲੈ, ਕਹਿੰਦੇ ਜੀ ਇਹ ਗੁਰਦੁਆਰਾ, ਇਹ ਕਹਿੰਦੇ ਜੀ ਗੁਰਦੁਆਰਾ ਪਿਛਲੇ ਸਾਲ ਨਾ 2 ਪ੍ਰਧਾਨ ਲੜ ਪਏ ਸੀ ਫਲਾਣੇ ਗੁਰਦੁਆਰੇ ਦੇ, ਫਿਰ ਉਹਨਾਂ 'ਚੋਂ ਇੱਕ ਜਿਹੜਾ ਹੈਗਾ ਉਹਨੇ ਅੱਡ ਹੋ ਕੇ ਆਪਣਾ ਇੱਥੇ ਬਣਾ ਲਿਆ। ਦੱਸੋ ਇਹ ਕੋਈ ਮਰਿਆਦਾ ਹੈਗੀ ਜੀ ਸਾਡੀ, ਇਹ ਕੋਈ ਸ਼ਰਧਾ ਹੈਗੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ। ਬਾਕੀ ਤੁਸੀਂ ਸਿਆਣੇ ਹੋ, ਪ੍ਰੋਗਰਾਮ ਮੈਨੂੰ ਅੱਜ ਦਾ ਇੱਥੇ ਖਤਮ ਕਰਨਾ ਪੈਣਾ, ਫਿਰ ਕਿਤੇ ਇਹੋ ਜਿਹਾ ਵਿਸ਼ਾ ਜ਼ਰੂਰ ਰੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਉਮੀਦ ਕਰਦਾ ਕਿ ਗੱਲਾਂ ਬਾਤਾਂ ਦੇ ਵਿੱਚੋਂ ਕੁਛ ਨਾ ਕੁਛ ਸਾਨੂੰ, ਤੁਹਾਡੀਆਂ ਗੱਲਾਂ ਦੇ ਵਿੱਚੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਮਿਲਿਆ ਹੋਏਗਾ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਈਮੇਲ ਕਰ ਸਕਦੇ ਹੋ jaggi@chasbroadcasting.com ਜਾਂ ਫਿਰ info@chasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਦੇ ਨਾਲ ਨਾਲ ਮੇਰਾ ਸੈੱਲ ਨੰਬਰ ਜਿਹੜਾ 209-450-33-62, ਇਹਦੇ 'ਤੇ ਵੀ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਅਖੀਰ ਵਿੱਚ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ।